ਜੈ ਭੀਮ, ਨਮੋ ਬੁੱਧਾਇ, ਜੈ ਗੁਰਦੇਵ। ਸਾਂਝੀਆਂ ਵਿਚਾਰਾਂ ਵਿੱਚ ਆਪ ਜੀ ਦਾ ਤਹਿ ਦਿਲ ਤੋਂ ਸਵਾਗਤ ਹੈ। ਅੱਜ ਜਿਹੜੇ ਵਿਸ਼ੇ 'ਤੇ ਆਪਾਂ ਗੱਲ ਕਰਨੀ ਹੈ ਉਹ ਪਰਿਵਾਰਕ ਹੈ, ਸਮਾਜਿਕ ਹੈ ਅਤੇ ਤਕਰੀਬਨ ਹਰ ਇਨਸਾਨ ਦੇ ਨਾਲ ਵਾਕਿਆ ਹੁੰਦਾ ਹੈ। ਵਿਸ਼ਾ ਹੈ ਕਿ ਜਦੋਂ ਕੋਈ ਇਨਸਾਨ ਸਿਆਣਾ ਹੋ ਜਾਂਦਾ ਲੇਕਿਨ ਮਹਿਸੂਸ ਨਹੀਂ ਕਰਦਾ। ਇੱਕ ਸਟੇਜ ਆਉਂਦੀ ਹੈ ਕਿ ਜਦੋਂ ਸਿਆਣਾ ਹੋਣ ਤੋਂ ਬਾਅਦ, ਸਿਆਣਾ ਮਤਲਬ ਉਮਰ ਦੇ ਹਿਸਾਬ ਨਾਲ ਸਿਆਣਾ ਹੋਣ ਤੋਂ ਬਾਅਦ ਵਿੱਚ ਉਹਨੂੰ ਕੁਛ ਕੰਪਲੀਕੇਸ਼ਨਸ ਹੋਈਆਂ, ਥੋੜ੍ਹਾ ਸੁਣਨਾ ਘੱਟ ਲੱਗਦਾ, ਥੋੜ੍ਹਾ ਦਿਸਣਾ ਘੱਟ ਲੱਗਦਾ, ਉਹਨੂੰ ਘਰਦਿਆਂ ਦੀ ਮਦਦ ਦੀ ਲੋੜ ਪੈਂਦੀ ਹੈ। ਜਿਹੜੇ ਬਾਕੀ ਘਰ ਦੇ ਮੈਂਬਰ ਹਨ ਉਹਨਾਂ ਨੂੰ ਹੋਰ ਕੰਮ ਹੋਣ ਕਰਕੇ ਘਰ ਦੇ ਬਾਕੀ ਡਿਊਟੀਆਂ ਵੀ ਨਿਭਾਉਣੀਆਂ ਹੋਈਆਂ, ਤਾਂ ਉਹ ਜਿੰਨੀ ਤਵੱਕੋ ਸਿਆਣਾ ਬੰਦਾ ਮੰਗਦਾ ਓਨੀ ਉਹ ਦੇ ਨਹੀਂ ਪਾਉਂਦੇ, ਜਾਂ ਉਹਨਾਂ ਨੂੰ ਸਹੀ ਟਾਈਮ 'ਤੇ ਪਤਾ ਨਹੀਂ ਲੱਗਦਾ ਵੀ ਸਾਡੇ ਬਜ਼ੁਰਗ ਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਆ। ਉਹਦੇ ਨਾਲ ਇੱਕ ਤਣਾਓ ਪੈਦਾ ਹੁੰਦਾ। ਆਪਾਂ ਉਸ ਤਣਾਓ ਦੀ ਗੱਲ ਕਰਨੀ ਕਿ ਉਹਨੂੰ ਕਿੱਦਾਂ ਘੱਟ ਕੀਤਾ ਜਾਵੇ। ਜੋ ਜਿਹੜਾ ਇਨਸਾਨ ਬਜ਼ੁਰਗ ਹੋ ਗਿਆ ਉਹ ਅਹਿਸਾਸ ਨਹੀਂ ਕਰਦਾ ਕਿ ਵੀ ਮੈਨੂੰ ਘੱਟ ਸੁਣਦਾ, ਜਾਂ ਮੈਨੂੰ ਚੱਲਣ ਦੀ ਤਕਲੀਫ ਆ, ਜਾਂ ਮੈਨੂੰ ਘੱਟ ਦੀਦਾ, ਅਤੇ ਕਹਿੰਦਾ ਕਿ ਜਿਹੜੇ ਬਾਕੀ ਪਰਿਵਾਰ ਆ, ਜਿੱਦਾਂ ਮੈਂ 20-25 ਸਾਲ ਪਹਿਲਾਂ ਐਕਟਿਵ ਸੀ, ਮੇਰੇ ਜਿਹੜੇ ਬੱਚੇ ਆ ਉਹ ਮੇਰੇ ਕਹਿਣ ਦੇ ਵੈਸੇ ਸੀ, ਮੈਂ ਦਬਕਾ ਮਾਰਦਾ ਸੀ, ਸਾਰੇ ਦੌੜ ਕੇ ਮੇਰੇ ਵੱਲ ਆਉਂਦੇ ਸੀਗੇ, ਉੱਦਾਂ ਹੋਵੇ। ਪਰ ਜਿਹੜੇ ਜਦੋਂ ਇਨਸਾਨ ਸਿਆਣਾ ਹੁੰਦਾ ਤਾਂ ਜਿਹੜੇ ਬੱਚੇ ਉਹ ਵੀ ਸਿਆਣੇ ਹੁੰਦੇ ਆ, ਉਹਨਾਂ ਦੇ ਆਪਣੇ ਬੱਚੇ ਹੁੰਦੇ ਆ, ਉਹਨਾਂ ਦੀਆਂ ਆਪਣੀਆਂ ਰਿਸਪੋਂਸੀਬਿਲਿਟੀਜ਼ ਹੋਰ ਹੁੰਦੀਆਂ ਘਰ ਦੀਆਂ, ਉਹ ਸਿਆਣੇ ਬਜ਼ੁਰਗ ਨੂੰ ਓਨੀ ਤਵੱਕੋ ਨਹੀਂ ਦੇ ਸਕਦੇ ਜਾਂ ਨਹੀਂ ਦੇ ਪਾਉਂਦੇ ਜਿੰਨੀ ਸਿਆਣਾ ਬੰਦਾ ਮੰਗਦਾ। ਅਤੇ ਇਹਦੇ ਨਾਲ ਦੋਨਾਂ ਪਰਿਵਾਰਾਂ ਦੇ ਵਿੱਚ, ਦੋਨਾਂ ਹੀ ਤਰ੍ਹਾਂ ਦੇ ਵਿੱਚ ਬੱਚਿਆਂ ਅਤੇ ਮਾਪਿਆਂ ਦੇ ਵਿਚਕਾਰ ਜਿਹੜਾ ਤਣਾਓ ਪੈਦਾ ਹੁੰਦਾ ਹੈ ਉਹਨੂੰ ਕਿੱਦਾਂ ਆਪਾਂ ਖਤਮ ਕਰੀਏ ਜਾਂ ਘੱਟ ਤੋਂ ਘੱਟ ਉਹਨੂੰ ਘੱਟ ਕਰੀਏ। ਕਿਉਂਕਿ ਜਿਹੜੇ ਉਮਰ ਦੇ ਸਿਆਣੇ ਹੋ ਜਾਂਦੇ ਆ ਉਹ ਇਹ ਕਹਿਣ ਲੱਗ ਪੈਂਦੇ ਆ ਕਿ ਵੀ ਜਿਹੜੇ ਮੇਰੇ ਬੱਚੇ ਆ ਉਹ ਮੇਰੀ ਪਰਵਾਹ ਨਹੀਂ ਕਰਦੇ, ਜਾਂ ਮੇਰੀ ਨੋਹਾਂ ਮੇਰੀ ਪਰਵਾਹ ਨਹੀਂ ਕਰਦੀਆਂ, ਜਾਂ ਮੇਰੇ ਪੋਤੇ ਪੋਤੀਆਂ ਮੈਨੂੰ ਅੱਖੋਂ ਪਰੋਖੇ ਕਰ ਰਹੀਆਂ। ਉੱਧਰ ਜਿਹੜੇ ਬੱਚੇ ਆ ਉਹ ਬੱਚੇ ਆਪਣੇ ਵੱਲੇ ਕਹਿ ਰਹੇ ਕਿ ਸਾਡਾ ਜਿਹੜਾ ਡੈਡੀ ਆ ਉਹ ਸਿਆਣਾ ਹੋਣ ਕਰਕੇ ਇੱਜ਼ਤ ਕਰਨ ਲੱਗ ਪਿਆ, ਜਾਂ ਸਿਆਣਾ ਉਹਨੂੰ ਘੱਟ ਸੁਣਦਾ, ਉਹਨੂੰ ਪਤਾ ਨਹੀਂ, ਜਾਂ ਉਹ ਸਾਡੀ ਪਰਵਾਹ ਨਹੀਂ ਕਰਦਾ, ਉਹ ਜਦੋਂ ਮਰਜ਼ੀ ਜਾ ਕੇ ਗੁਰਦੁਆਰੇ ਬਹਿ ਜਾਂਦਾ, ਜਦੋਂ ਮਰਜ਼ੀ ਜਾ ਕੇ ਬਾਹਰ ਸੋਹੋ ਰੋਡ 'ਤੇ ਬਹਿ ਜਾਂਦਾ। ਯਾਨੀ ਇਹ ਇੱਕ ਗੈਪ ਆ ਦੋਨਾਂ ਤਰ੍ਹਾਂ ਵੱਲੋਂ, ਇੱਕ ਜਿਹੜੀ ਸਪੇਸ, ਖਾਲੀ ਸਪੇਸ ਹੈ ਜਿਹਨੂੰ ਆਪਾਂ ਭਰਨਾ, ਜਿਹੜਾ ਤਣਾਅ ਆ ਉਸ ਉਮਰ ਵਿੱਚ ਇੱਦਾਂ ਦੇ ਟਾਈਮ ਵਿੱਚ ਉਹਨੂੰ ਕਿੱਦਾਂ ਘੱਟ ਕੀਤਾ ਜਾਵੇ, ਇਹਦੇ ਆਪਾਂ ਤਰੀਕੇ ਲੱਭਣੇ ਆ, ਇਹ 'ਤੇ ਤੁਸੀਂ ਵਿਚਾਰ ਦੇਣੇ ਆ। ਅਤੇ ਤੁਹਾਡੇ ਵਿਚਾਰ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਨਾਲ ਲੈ ਕੇ ਆਓ, ਆਪਾਂ ਵੈਲਕਮ ਕਰ ਦਈਏ ਡਾਕਟਰ ਸਾਹਿਬ ਦਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਫੋਰ ਪਾਰਟੀਸਪੇਟਿੰਗ ਵਿਦ ਮੀ ਟੂਡੇ ਅਗੇਨ। ਅਸੀਂ ਉੱਦਾਂ ਇਹ ਫੋਰਮੈਲਿਟੀ ਆ, ਹੁਣੇ ਅਸੀਂ ਇਕੱਠੇ ਹੀ ਹਾਂ, ਅਤੇ ਇਹ 'ਤੇ ਵਿਚਾਰ ਜ਼ਰੂਰ ਦਿਓ। ਸਰ, ਟੈਲੀਫੋਨ ਲਾਈਨਾਂ ਖੁੱਲ੍ਹੀਆਂ ਆ ਕਿ ਸਿਆਣੀ ਉਮਰ 'ਚ ਸਿਆਣਾ ਬੰਦਾ ਜ਼ਿੰਦ ਕਰਦਾ, ਜਿਹੜੇ ਉਹਦੇ
ਜੂਨੀਅਰ ਹੈਗੇ ਆ ਜਿਹੜੇ ਬੱਚੇ ਆ ਜਾਂ ਪੋਤੇ ਪੋਤੀਆਂ ਉਹ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਪਰ ਜਿਹੜਾ ਮਾਪਾ ਉਹ ਸਮਝਦਾ ਕਿ ਨੋਟ ਇਨਫ ਕਿਉਂਕਿ ਉਹ ਅਹਿਸਾਸ ਨਹੀਂ ਕਰਦਾ ਕਿ ਮੈਂ ਉਮਰ ਦਾ ਥੋੜ੍ਹਾ ਸਿਆਣਾ ਹੋ ਗਿਆ ਅਤੇ ਮੇਰੀ ਜਿਹੜੀ ਹੈਗੀ ਆ ਅਪਰੋਚ ਉਹ ਸਲੋਅ ਹੋ ਗਈ ਆ ਜਾਂ ਜਿਹੜੀ ਮੇਰੀ ਐਕਟੀਵਿਟੀਜ਼ ਹੈਗੀ ਆ ਉਹਨੂੰ ਵੀ ਫਰਕ ਪਿਆ ਆ ਅਤੇ ਇਹਦਾ ਜਿਹੜਾ ਜਿਹੜੀ ਪਰੇਸ਼ਾਨੀ ਹੈ ਦੋਨਾਂ ਤਰ੍ਹਾਂ ਦੀ ਇਹਨੂੰ ਆਪਾਂ ਕਿੱਦਾਂ ਲਈਏ ਇਹਨੂੰ ਆਪਾਂ ਕਿੱਦਾਂ ਡੀਲ ਕਰੀਏ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਥੈਂਕ ਯੂ ਜੀ ਬਹੁਤ ਹੀ ਇੰਪੋਰਟੈਂਟ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਅਸੀਂ ਵੀ ਮੈਂ ਵੀ ਅਤੇ ਮੇਰਾ ਵੀਰ ਵੀ ਤੁਸੀਂ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਹੈਗੇ ਹਾਂ ਅਸੀਂ ਵੀ ਉਸ ਉਮਰ ਦੇ ਪੜਾਅ ਵਿੱਚ ਹੈ ਜਿਸ ਪੜਾਅ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਇਸ ਉਮਰ ਦੇ ਵਿੱਚ ਜੋ ਰਿਸਰਚਾਂ ਕਹਿੰਦੀਆਂ ਹੈਗੀਆਂ ਐਕਸਕਿਊਜ਼ ਮੀ ਇੱਕ ਮਿੰਟ ਡਾਕਟਰ ਸਾਹਿਬ ਯਾਦ ਆ ਗਈ ਹਾਂ ਯਾਦ ਰੱਖੇ ਜਿਹੜੇ ਨਾ ਆਪਾਂ ਸੁਜੈਸਟ ਕਰਦੇ ਹਾਂ ਵੀ ਕੇਅਰ ਹੋਮ ਜਿਹੜੇ ਹੈਗੇ ਆ ਉਹ ਸਟੋਰੀ ਥੋੜ੍ਹੀ ਵੱਖਰੀ ਆ ਧਿਆਨ ਚ ਰੱਖੀਏ ਆਪਾਂ ਕਿਉਂਕਿ ਜਿਹੜੇ ਕੇਅਰ ਹੋਮ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਬਿਲਕੁਲ ਉਹਨਾਂ ਨੇ ਸਿਰਫ ਉਹੀ ਕੰਮ ਕਰਨਾ ਉਹ ਥੋੜ੍ਹੀ ਬਹੁਤ ਦੂਜੀ ਗੱਲ ਉਹ ਥੋੜ੍ਹਾ ਬਹੁਤ ਟ੍ਰੇਨਡ ਵੀ ਹੈ ਜਿਹੜੇ ਬੱਚੇ ਪੋਤੇ ਪੋਤੀਆਂ ਨੋਹਾਂ ਦੇ ਆਰ ਨੋਟ ਟ੍ਰੇਨਡ ਟੂ ਲੁੱਕ ਆਫਟਰ ਪੀਪਲ ਇਨ ਏ ਪਰਟੀਕੁਲਰ ਵੇ ਇਹਦਾ ਧਿਆਨ ਰੱਖਣਾ ਹਾਂਜੀ ਡਾਕਟਰ ਸਾਹਿਬ ਹਾਂਜੀ ਅਸਲ 'ਚ ਜਿਹੜੀ ਸਾਡੀ ਉਮਰ ਹੈਗੀ ਆ ਇੱਕ ਤਾਂ ਅਸੀਂ ਕਈ ਵਾਰੀ ਇਹ ਭੁੱਲ ਜਾਂਦੇ ਹਾਂ ਲੈ ਵੀ ਜਿਹੜੀ ਮੈਂ ਰਿਸਰਚ ਦੀ ਅਸੀਂ ਗੱਲ ਕਰ ਰਿਹਾ ਉਹਦੇ ਵਿੱਚ ਇਹ ਬਹੁਤ ਕਲੀਅਰਲੀ ਜਿਹੜੀਆਂ ਰਿਸਰਚਾਂ ਦੀ ਆਪਾਂ ਗੱਲ ਇੱਥੇ ਕਰਦੇ ਹਾਂ ਉਹਦਾ ਸਾਡੇ ਕੋਲ ਕੋਈ ਐਵੀਡੈਂਸ ਹੁੰਦਾ ਹੈਗਾ ਅਤੇ ਆਪਣੇ ਕੋਲੋਂ ਨਹੀਂ ਅਸੀਂ ਗੱਲ ਕਰਦੇ ਹੈਗੇ 70 ਤੋਂ 80 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਜ਼ਿਆਦਾ ਬਿਮਾਰੀਆਂ ਲੱਗਦੀਆਂ ਇਸ ਉਮਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗਦੀਆਂ ਹੈਗੀਆਂ ਅਤੇ ਅਸੀਂ ਕਈ ਵਾਰੀ ਤਿਆਰ ਨਹੀਂ ਹੁੰਦੇ ਹੈ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਇਸ ਉਮਰ ਦੇ ਵਿੱਚ ਜਿਹੜੇ ਸਾਡੇ ਅੰਗ ਹੈਗੇ ਆ ਜਿਹੜੇ ਸਾਡੇ ਮੇਨ ਜਿੱਦਾਂ ਫੋਰ ਐਗਜ਼ਾਮਪਲ ਕਿਡਨੀਜ਼ ਹੈ ਹਾਰਟ ਹੈ ਲਿਵਰ ਹੈਗਾ ਫਿਰ ਸਾਡਾ ਇਨ ਕਿਹੜਾ ਹੈਗਾ ਹੋਰ ਜਾਨ ਕਿਹੜੇ ਸਾਡੇ ਬੋਡੀ ਦੇ ਬਹੁਤ ਜ਼ਰੂਰੀ ਜਾਨ ਕਿਹੜੇ ਹੈਗੇ ਆ ਅੰਗ ਉਹ ਜਿਹੜੇ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਹੁੰਦੇ ਆ ਅਤੇ ਉਹਨਾਂ ਦੀ ਜਿਹੜੀ ਸ਼ਕਤੀ ਹੈਗੀ ਉਹ ਘੱਟ ਜਾਂਦੀ ਹੈ ਅਤੇ ਅਸੀਂ ਸਲੋਅ ਡਾਊਨ ਹੋ ਜਾਂਦੇ ਹਾਂ ਅਤੇ ਹੋ ਸਕਦਾ ਕੋਈ ਕਿਸੇ ਸੀਰੀਅਸ ਬਿਮਾਰੀ ਦੇ ਸ਼ਿਕਾਰ ਵੀ ਹੁੰਦੇ ਹੋਈਏ ਉਮਰ ਦੇ ਹਿਸਾਬ ਨਾਲ ਜਿਹੜੀਆਂ ਸਾਡੀਆਂ ਪਹਿਲੀਆਂ ਆਦਤਾਂ ਹੁੰਦੀਆਂ ਹੈਗੀਆਂ ਉਹ ਹੋਰ ਵੀ ਪੱਕੀਆਂ ਹੋ ਜਾਂਦੀਆਂ ਇਹ ਵੀ ਯਾਨੀ ਕਿ ਜਿਹੜੀ ਗੱਲ ਹੈ ਸਾਹਮਣੇ ਆਈਆਂ ਕੰਜ਼ਰਵੇਟਿਵ ਯਾਨੀ ਕਿ ਕਹਿੰਦੇ ਆ ਸਾਡਾ ਹਰ ਚੀਜ਼ ਵਿੱਚ ਬਹੁਤ ਸਾਰਾ ਜਿਹੜਾ ਉਹ ਪੱਖ ਠੱਕ ਯਾਨੀ ਕਿ ਇੱਦਾਂ ਗੱਲ ਤਾਂ ਇੱਦਾਂ ਹੀ ਹੈ ਜੀ ਉਹ ਫਲੈਕਸੀਬਿਲਟੀ ਯਾਨੀ ਕਿ ਘੱਟ ਜਾਂਦੀ ਹੈ ਹੁਣ ਇੱਕ ਤਾਂ ਜਿਹੜਾ ਸਾਡਾ ਮਨ ਹੈਗਾ ਜਿਹਨੂੰ ਦਿਮਾਗ ਆਪਾਂ ਕਹਿੰਦੇ ਹਾਂ ਉਹ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਅਤੇ ਜਿਹੜੀ ਸਾਡੀ ਫਿਜ਼ੀਕਲ ਬੋਡੀ ਹੈਗੀ ਆ ਉਹ ਉਹਦੇ ਹਿਸਾਬ ਨਾਲ ਉਹਨਾਂ ਜਿਹੜਾ ਹੈਗਾ ਸਾਥ ਨਹੀਂ ਦੇ ਰਹੀ ਹੈ ਹੁਣ ਜਦੋਂ ਸਾਨੂੰ ਕੋਈ ਇੱਦਾਂ ਦੀ ਹੀਅਰਿੰਗ ਪ੍ਰੋਬਲਮ ਆਉਂਦੀ ਹੈ ਜਾਂ ਅੱਖਾਂ ਤੋਂ ਸਾਨੂੰ ਘੱਟ ਦਿਸਣ ਲੱਗ ਪਿਆ ਹੈਗਾ ਜਾਂ ਸਾਨੂੰ ਕੋਈ ਨਾ ਕੋਈ ਕਿਸ ਤਰ੍ਹਾਂ ਦੀ ਕੋਈ ਗੋਡੇ ਦਿਖਾਉਣ ਲੱਗ ਪਿਆ ਹੈਗਾ ਜਾਨੀ ਕਿ ਜਾਂ ਹੋਰ ਕਿਸ ਤਰ੍ਹਾਂ ਦੀ ਸਾਨੂੰ ਕੋਈ ਅਲਾਮਤ ਲੱਗ ਗਈ ਆ ਉਹਦੇ ਨਾਲ ਤੁਹਾਡੀ ਜਿਹੜੀ ਮੋਬਿਲਿਟੀ ਆ ਉਹ ਵੀ ਘੱਟਦੀ ਹੈ ਤੁਹਾਡੀ ਕੰਮ ਕਰਨ ਦੀ ਰਫ਼ਤਾਰ ਵੀ ਘੱਟਦੀ ਹੈ ਤੁਹਾਡੀ ਸੋਚਣ ਦੀ ਯਾਨੀ ਕਿ ਜਿਹੜੀ ਰਫ਼ਤਾਰ ਉਹ ਵੀ ਘੱਟਦੀ ਹੈ ਚੀਜ਼ਾਂ ਕਈ ਵਾਰੀ ਗਾਂਹਪਿਛਾਂ ਰੱਖ ਹੁੰਦੀਆਂ ਟੈਲੀਫੋਨ ਕਿਸੇ ਪਾਸੇ ਰੱਖ ਹੋ ਗਿਆ ਪਤਾ ਨਹੀਂ ਲੱਗਦਾ ਕਿੱਥੇ ਰੱਖਦਾ ਮੈਂ ਜਾਂ ਇਹ ਕਿਹੜਾ ਹੈਗਾ ਘਰ ਦੀਆਂ ਚਾਬੀਆਂ ਕਿੱਥੇ ਰੱਖਤੀਆਂ ਹੈਗੀਆਂ ਜਾਂ ਹੋਰ ਕੁਝ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਕੱਪੜੇ ਕਿਸੇ ਵੇਲੇ ਗਾਂਹਪਿਛਾਂ ਰੱਖੋਗੇ ਹੈਗੇ ਤਾਂ ਉਹ ਜਦੋਂ ਉਹਨੂੰ ਕੇਅਰ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਜਿੱਦਾਂ ਅਸੀਂ ਗੱਲ ਕੀਤੀ ਹੈ ਵੀ ਅਸੀਂ ਕੇਅਰ ਹੋਮ ਦੀ ਨਹੀਂ ਗੱਲ ਕਰ ਰਹੇ ਸੀ ਕੇਅਰ ਵਿੱਚ ਘਰ ਦੀ ਗੱਲ ਕਰ ਰਹੇ ਹਾਂ ਜਿੱਥੇ ਤੁਹਾਡਾ ਬੇਟਾ ਨਾਲ ਰਹਿ ਰਿਹਾ ਤੁਹਾਡੀ ਬੇਟੀ ਵੀ ਸ਼ਾਇਦ ਨਾਲ ਰਹਿੰਦੀ ਹੋਵੇ ਗਾਂ ਤੁਹਾਡੇ ਜਿਹੜੀ ਨੌਂਹ ਵੀ ਰਹਿੰਦੀ ਹੈ ਅਤੇ ਗਾਂ ਤੁਹਾਡੇ ਪੋਤੇ ਪੋਤੀਆਂ ਵੀ ਸ਼ਾਇਦ ਨਾਲ ਰਹਿੰਦੇ ਹੋਣ
ਤਾਂ ਉਹ ਬੰਦਾ ਕਹਿੰਦਾ ਰਿਹਾ ਵੀ ਮੇਰੀ ਇਹ ਕੇਅਰ ਨਹੀਂ ਕਰ ਰਹੇ ਹੈਗੇ। ਹੁਣ ਜਿਹੜੇ ਪੋਤੇ ਪੋਤੀਆਂ ਹੈਗੇ ਆ ਜਾਂ ਯਾਨੀ ਕਿਹੜਾ ਬੇਟਾ ਹੈਗਾ ਜਾਂ ਉਹਦੀ ਨੂੰਹ ਹੈਗੀ ਆ, ਉਹਨਾਂ ਦੀਆਂ ਵੀ ਆਪਣੀਆਂ ਰਿਸਪੋਂਸੀਬਿਲਟੀਜ਼ ਹੈ। ਉਹਨਾਂ ਨੇ ਘਰ ਨੂੰ ਵੀ ਚਲਾਉਣਾ ਹੈਗਾ, ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਦੇਖਣਾ ਹੈਗਾ, ਉਹਨਾਂ ਨੇ ਆਪਣੇ ਕੰਮਾਂ ਕਾਰਾਂ 'ਤੇ ਵੀ ਜਾਣਾ, ਉੱਥੇ ਉਹਨਾਂ 'ਤੇ ਵੀ ਸਟ੍ਰੈਸ ਹੈ ਆਪਣਾ। ਅਤੇ ਕਈ ਵਾਰੀ ਇਹ ਜਿਹੜਾ ਹੈਗਾ ਬਜ਼ੁਰਗ ਸਮਝਦਾ ਲੈ ਵੀ ਮੈਨੂੰ ਇਹਨਾਂ ਨੇ ਇਗਨੋਰ ਕਰਤਾ, ਮੈਂ ਇਹਨਾਂ ਨੂੰ ਇੰਨਾ ਕੁਛ ਦਿੱਤਾ ਕਰਕੇ ਮੈਂ ਆਹ ਕੀਤਾ ਜੀ, ਮੇਰੇ ਆਹ ਸੀ ਪੋਜੀਸ਼ਨ 'ਤੇ ਹੁਣ ਜਾਣੀ ਕਿ ਮੈਨੂੰ ਕੀ ਹੋ ਗਿਆ। ਅਤੇ ਵਾਈਫ ਵੀ ਫੋਰ ਐਗਜ਼ਾਮਪਲ ਜਿਹੜੀ ਹੈਗੀ ਉਹ ਵੀ ਸਿਆਣੀ ਹੋਈ ਹੁੰਦੀ ਹੈ, ਉਹਨੂੰ ਵੀ ਸ਼ਾਇਦ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਡਿਸਬਿਲਟੀ ਹੋ ਗਈ ਹੋਵੇ ਜਾਂ ਕੁਛ ਵੀ ਹੈ। ਅਤੇ ਉਹ ਮੁਸ਼ਕਿਲ ਜਾਨੀ ਕਿਹੜੀ ਹੈਗੀ ਆ ਉਹਦੀ ਇਹ ਆ, ਜਿਹੜਾ ਤਣਾਅ ਦੀ ਗੱਲ ਅਸੀਂ ਕਰਦੇ ਹੈਗੇ ਹਾਂ ਉਹ ਤਣਾਅ ਵਿੱਚ ਇਸ ਕਰਕੇ ਹੁੰਦਾ ਲੈ ਵੀ ਮੇਰੀਆਂ ਜਿਹੜੀਆਂ ਨੀਡਸ ਹੈਗੀਆਂ ਉਹ ਫੁਲਫਿਲ ਨਹੀਂ ਹੋ ਰਹੀਆਂ। ਅਤੇ ਇੱਕ ਤਾਂ ਸਲਿਊਸ਼ਨ ਜਾਨੀ ਕਿ ਇਹ ਹੈ ਲੈ ਵੀ ਦੋਨੇ ਤਰ੍ਹਾਂ ਦੇ ਆਰ ਨੋਟ ਫੁੱਲੀ ਟ੍ਰੇਨਡ ਫਾਰ ਦੀਸ ਟੂ ਫਾਰ ਦਿਸ ਜਾਨੀ ਕਿ ਫਾਰ ਦਿਸ ਕੇਅਰ, ਜਿਹੜੀ ਕਿ ਬਹੁਤ ਜ਼ਰੂਰੀ ਕੇਅਰ ਹੈਗੀ ਆ। ਹੁਣ ਨਾ ਤਾਂ ਫਾਦਰ ਜਾਨੀ ਕਿ ਜਾਂ ਕਿਹੜੀ ਉਹਨਾਂ ਦੀ ਮਦਰ ਜਿਹੜੀ ਹੈਗੀ ਆ ਉਹ ਹੀ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਲੈ ਵੀ ਕੀ ਕੁਛ ਹੋ ਰਿਹਾ ਹੈਗਾ ਬੱਚਿਆਂ ਦਾ, ਯਾਨੀ ਕਿ ਉਹਨਾਂ ਦੀਆਂ ਆਪਣੀ ਰਿਸਪੋਂਸੀਬਿਲਟੀਜ਼ ਹੈ। ਦੂਸਰੇ ਪਾਸੇ ਉਹ ਆਪਣੇ ਕੰਮਾਂ ਵਿੱਚ ਇੰਨੇ ਮਸਰੂਫ ਹੈਗੇ ਆ ਅਤੇ ਕਈ ਵਾਰੀ ਮੜ ਜੀ ਗੱਲ ਜਿਹੜੀ ਹੈ ਜੇ ਉਹਨਾਂ ਤੋਂ ਟਾਈਮ ਸਿਰ ਨਾ ਵੀ ਹੋਈ ਤਾਂ ਉਸ ਬੰਦੇ ਨੂੰ ਯਾਨੀ ਕਿ ਜਾਂ ਉਸ ਔਰਤ ਨੂੰ ਜਿਹਦੀ ਕੇਅਰ ਨਹੀਂ ਹੁੰਦੀ ਹੈਗੀ, ਉਹਨਾਂ ਦੀ ਮਾਂ ਹੈਗੀ ਯਾਨੀ ਕਿ ਜਾਂ ਉਹਨਾਂ ਦਾ ਪਿਓ ਹੈਗਾ, ਅਤੇ ਉਹ ਦੇ ਫੀਲ ਵੈਰੀ ਫਰਸਟ੍ਰੇਟਡ, ਅਤੇ ਉਹ ਵੀ ਫਰਸਟ੍ਰੇਟਡ ਫੀਲ ਕਰਦੇ ਹੈ ਅਤੇ ਉਹਨਾਂ ਘਰ ਵਿੱਚ ਯਾਨੀ ਕਿ ਫਲੈਸ਼ਿੰਗ ਪੁਆਇੰਟ ਆ ਜਾਂਦਾ ਬਈ ਇਹ ਤਾਂ ਹੁਣ ਜਿਹੜਾ ਹੈਗਾ ਸਟਬਰਨ ਬਣ ਗਿਆ ਹੈਗਾ ਜਾਂ ਸਟਬਰਨ ਹੋ ਗਈ ਹੈ, ਗੱਲ ਹੀ ਨਹੀਂ ਮੰਨਦੀ ਹੈਗੀ। ਸੋ ਇਹ ਮਸਲਾ ਜਿਹੜਾ ਨਾ ਬਹੁਤ ਹੀ ਸਟ੍ਰੈਸਫੁੱਲ ਹੈ ਸਾਰਿਆਂ ਲਈ, ਜਿੰਨੇ ਵੀ ਪਰਿਵਾਰਕ ਮੈਂਬਰ ਉੱਥੇ ਰਹਿੰਦੇ ਹੈਗੇ ਆ ਸਾਰਿਆਂ ਲਈ ਬਹੁਤ ਜ਼ਿਆਦਾ ਸਟ੍ਰੈਸਫੁੱਲ ਹੈ। ਅਤੇ ਇਹਨੂੰ ਸਮਝਣ ਦੇ ਲਈ ਮੈਂ ਸਮਝਦਾ ਬਹੁਤ ਜ਼ਰੂਰੀ ਹੈਗਾ ਵੀ ਜੇ ਅਸੀਂ ਦੂਸਰੇ ਦੀਆਂ ਨੀਡਸ ਵੀ ਸਮਝੀਆਂ, ਜਿਹੜੇ ਕਿ ਫਿਜ਼ੀਕਲ ਨੀਡਸ ਵੀ ਹੈਗੀਆਂ, ਸਾਈਕੋਲੋਜੀਕਲ ਨੀਡਸ ਵੀ ਹੈ, ਅਤੇ ਹੋਰ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਉਹ ਵੀ ਯਾਨੀ ਕਿ ਜੇ ਸਮਝੀਏ ਬਈ ਯੂ ਆਰ ਨੋਟ ਦਾ ਓਨਲੀ ਵਨ ਹੂ ਇਜ਼ ਏ ਫੋਕਸ ਪੁਆਇੰਟ, ਦੇਰ ਆਰ ਸੋ ਮੈਨੀ ਅਦਰ ਥਿੰਗਸ ਜਿਹੜੇ ਕਿ ਬਹੁਤ ਫੋਕਸ ਪੁਆਇੰਟ ਹੈ। ਜਿਹੜੇ ਕੇਅਰ ਹੋਮਸ ਹੈਗੇ ਆ ਯਾਨੀ ਕਿ ਜੇ ਹੋਰ ਹੁੰਦੀ ਉੱਥੇ ਉਹ ਬੰਦੇ ਟ੍ਰੇਨਡ ਹੁੰਦੇ ਹੈਗੇ ਆ, ਉੱਥੇ ਉਹਨਾਂ ਦਾ ਸਾਰਾ 24 ਆਵਰਸ ਕੰਮ ਕਰਨਾ ਇਹ ਉਹਨਾਂ ਦੀ ਜੋਬ ਹੈ। ਪਰ ਇੱਥੇ ਯਾਨੀ ਕਿਹੜਾ ਹੈਗਾ ਆਪਾਂ ਘਰ ਦੇ ਮੈਂਬਰ ਹੈਗੇ ਹਾਂ ਅਤੇ ਉਹ ਇਸ ਕਰਕੇ ਉਹ ਜਿਹੜਾ ਉਹਨਾਂ ਦਾ ਕੰਮ ਵੀ ਵੱਧ ਜਾਂਦਾ ਹੈ, ਜਿਹੜਾ ਯਾਨੀ ਕਿ ਪਹਿਲਾਂ ਉਹ ਕੰਮ ਕਰਦੇ ਰਹੇ ਹੈਗੇ ਆ, ਘਰ ਦੀ ਰੋਟੀ ਬਣਾਉਣੀ ਹੈ ਯਾਨੀ ਕਿ ਸਰਵ ਕਰਨਾ ਜਾਂ ਘਰ ਦੀ ਸਫਾਈ ਕਰਨੀ ਹੈ ਜਾਂ ਕੁਛ ਹੋਰ ਵੀ ਹੈਗਾ ਕਿਸੇ ਪਾਸੇ ਕਰਦਾ ਸ਼ੋਪਿੰਗ ਕਰਨੀ ਹੈ, ਉਹ ਹੁਣ ਐਡੀਸ਼ਨਲ ਯਾਨੀ ਕਿਹੜਾ ਕੰਮ ਵੱਧ ਗਿਆ, ਉਹਨਾਂ ਦੀ ਜੋਬ ਵੀ ਉਨੀ ਸਟ੍ਰੈਸਫੁੱਲ ਹੈਗੀ ਆ, ਉਹ ਤਾਂ ਉਹ ਘਟੀ ਨਹੀਂ ਹੈ। ਸੋ ਮੇਰੇ ਖਿਆਲ ਆਪਾਂ ਕਾਲ ਲੈ ਲਈਏ ਨਾਲੇ। ਹੈਲੋ ਜੀ, ਸਵਾਗਤ ਹੈ, ਕੌਣ ਕਿੱਥੋਂ ਬੋਲਦੇ ਜੀ? ਵੈਲਕਮ ਤੁਹਾਡਾ। ਹੈਲੋ ਮਿਸਟਰ ਮਹਿਸ਼ ਸਾਹਿਬ ਐਂਡ ਡਾਕਟਰ ਸਾਹਿਬ। ਹਾਂਜੀ ਹਾਂਜੀ, ਸੁਮਨ ਸਾਹਿਬ। ਸੁਮਨ ਸਾਹਿਬ, ਅੱਜ ਬਹੁਤ ਤੁਸੀਂ ਸੀਰੀਅਸ ਸਬਜੈਕਟ ਨੂੰ ਟੱਚ ਕੀਤਾ। ਹਾਂਜੀ ਜੀ ਡਾਕਟਰ ਸਾਹਿਬ, ਇਹ ਕੋਈ ਸ਼ੱਕ ਨਹੀਂ ਕਿ ਜਦ ਨਾ ਤੁਸੀਂ 70 ਤੋਂ ਉੱਪਰ ਟੱਪ ਜਾਓ, 70 ਤੱਕ ਤੁਸੀਂ ਹੈਲਦੀ ਕਾਫੀ ਰੱਖ ਸਕਦੇ ਆ ਜੇ ਆਪਣੀ ਖੁਰਾਕ ਦਾ ਖਿਆਲ ਰੱਖੋ ਤੇ ਐਕਸਰਸਾਈਜ਼ ਦਾ ਖਿਆਲ ਰੱਖੋ। ਲੇਕਿਨ 70 ਸਾਲ ਤੋਂ ਬਾਅਦ ਮੈਂ ਇਹ ਕਹਿ ਸਕਦਾ ਕਿ ਤੁਸੀਂ ਇਹ ਚੀਜ਼ਾਂ ਦਾ ਖਿਆਲ ਵੀ ਰੱਖੋ, ਤਦ ਵੀ ਤੁਹਾਨੂੰ ਕੋਈ ਨਾ ਕੋਈ ਚੀਜ਼ ਹਿੱਟ ਕਰ ਸਕਦੀ ਆ, ਕਿਉਂਕਿ ਤੁਹਾਡੇ ਜਿਹੜੀਆਂ ਬੋਡੀ ਹੈਗੀਆਂ ਜਿਹੜੇ ਮੇਨ ਔਰਗਨਸ ਆ ਜਿੱਦਾਂ ਲੰਗਸ ਵੀ ਆ, ਫਿਰ ਫੇਫੜੇ ਆ, ਕਿਡਨੀਜ਼ ਹੈ, ਬਲੈਡਰ ਹੈ, ਹੋਰ ਜੋ ਵੀ ਮਤਲਬ ਯੂ ਨੋ ਉਹ ਚੀਜ਼ਾਂ ਇਨਵੋਲਵ ਹੈਗੀਆਂ, ਯੂ ਨੋ ਉਹ ਤੁਹਾਡਾ ਪਿਸ਼ਾਬ ਵੀ ਹੈ, ਉਹਦੀ ਫ੍ਰੀਕੁਐਂਸੀ ਆ, ਉਹ ਸਾਰੀਆਂ ਚੀਜ਼ਾਂ ਤੁਹਾਡੇ ਯੂ ਨੋ ਅਸਰ ਪਾ ਸਕਦੀਆਂ, ਤੁਹਾਨੂੰ ਕੋਈ ਨਾ ਕੋਈ ਚੀਜ਼ ਉਹ ਚਿੰਬੜ ਸਕਦੀ ਆ। ਮੈਂ ਆਪਣੀ ਪਰਸਨਲ ਲਾਈਫ 'ਚ ਕਹਿੰਦਾ ਕਿ ਆਈ ਵਾਜ਼ ਵੈਰੀ ਸਟਿਲ ਆਮ ਰੀਜਨੇਬਲੀ ਓਕੇ, ਬਟ ਅਪ ਟੂ ਲਾਸਟ ਈਅਰ ਆਈ ਵਾਜ਼ ਰੀਜਨੇਬਲੀ ਵੈਰੀ ਗੁੱਡ ਹੈਲਦੀ ਮੈਨ, ਬਟ ਸਡਨਲੀ
you know, I found something that is wrong with me. So it was thoroughly checked. ਲੱਕੀ ਆ ਕਿ ਅੱਛੇ ਮੁਲਕ 'ਚ ਰਹਿੰਦੇ ਹਾਂ ਆਵਾਜ਼ ਥੋਰੋਲੀ ਚੈੱਕਡ ਕੋਈ ਸੀਰੀਅਸ ਗੱਲ ਨਹੀਂ ਸੀਗੀ ਲੇਕਿਨ ਇਟ ਹਿੱਟ ਮੀ ਹਾਰਡ ਯੂ ਨੋ ਸਾਈਕੋਲੋਜੀਕਲੀ ਇਟ ਹਿੱਟ ਮੀ ਹਾਰਡ ਵਿੱਚ ਇਟਸ ਓਕੇ ਨਾ ਪਰ ਸਟਿਲ ਇਨ ਮਾਈ ਮਾਇੰਡ ਇਟ ਇਜ਼ ਸਟਿਲ ਦੇਅਰ ਸੋ ਖਾਸ ਕਰ ਤੁਸੀਂ ਮਤਲਬ ਯੂ ਨੋ ਕੋਈ ਵੀ ਯੂ ਨੋ ਭਾਵੇਂ ਤੁਸੀਂ ਕਿੰਨਾ ਮਰਜ਼ੀ ਕਹਿ ਰੱਖੋ ਲੇਕਿਨ ਉਮਰ ਜਿਹੜੀ ਆ ਇਹ ਤੁਹਾਨੂੰ ਇਹ ਤਾਂ ਤੁਸੀਂ ਬਚ ਨਹੀਂ ਸਕਦੇ ਜੋ ਮਰਜ਼ੀ ਕਰ ਲਓ ਜਿੰਨਾ ਮਰਜ਼ੀ ਯੰਗ ਰੱਖਣ ਦੀ ਕੋਸ਼ਿਸ਼ ਕਰ ਲਓ ਲੇਕਿਨ ਜਿਹੜੀ ਉਮਰ ਦੀ ਸਪੀਡ ਹੈ ਜਾਂ ਉਮਰ ਦਾ ਇਫੈਕਟ ਆ ਉਹ ਤੁਹਾਤੇ ਅਸਰ ਜ਼ਰੂਰ ਕਰਦਾ ਸੋ ਜਿਹੜੀਆਂ ਮਤਲਬ ਪਹਿਲੀ ਗੱਲ ਤਾਂ ਕਿ ਡਾਕਟਰ ਕੋਲੋਂ MOT ਜਿਹੜਾ ਉਸ ਟਾਈਮ 'ਤੇ ਜ਼ਰੂਰ ਕਰਵਾਉਂਦੇ ਰਿਹਾ ਕਰੋ ਕੋਈ ਵੀ ਪ੍ਰੋਬਲਮ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸਣਾ ਚਾਹੀਦਾ ਮੈਂ ਆਪਣੇ ਘਰ ਵਿੱਚ ਮੇਰੀ ਥੋੜ੍ਹੀ ਜਿਹੀ ਜਿਹਨਾਂ ਜਾਂ ਮੈਨੂੰ ਡਾਕਟਰ ਤੋਂ ਜਾਣ ਤੋਂ ਡਰ ਲੱਗਦਾ ਮੈਂ ਕਈ ਦਫ਼ਾ ਅਵੋਇਡ ਕਰ ਜਾਂਦਾ ਪਰ ਮੇਰੇ ਘਰ ਵਿੱਚ ਵਾਈਫ ਮੇਰੀ ਆ ਉਹ ਯੂਨੋ 45-46 ਸਾਲ ਯੂਨੋ ਸ਼ੀ ਵਰਕਡ ਇਨ ਦਾ ਹੋਸਪਿਟਲ ਉਹ 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 ਇਸ ਚੀਜ਼ ਤੋਂ ਨਹੀਂ ਡਰਦੀ ਉਹ ਮੈਨੂੰ ਪੁੱਛ ਕਰੇ ਕਿ ਮਸਟ ਗੋ ਸੀ ਦਾ ਡਾਕਟਰ ਯੂਨੋ ਮਰ ਜੀ ਹੁਣ ਪ੍ਰੋਬਲਮ ਇਹ ਆ ਕਿ ਜੇ ਮੈਨੂੰ ਮਰ ਜੀ ਖੰਘ ਵੀ ਹੋਈ ਆ ਤਾਂ ਤਦ ਵੀ ਉਹਨੂੰ ਕੰਪਾਰਟਮੈਂਟ ਟੂ ਸੀ ਦਾ ਡਾਕਟਰ ਮੈਨੂੰ ਕਹਿੰਦਾ ਕਿ ਨਹੀਂ ਕੋਈ ਐਸੀ ਗੱਲ ਨਹੀਂ ਮੈਨੂੰ ਮੇਰੀ ਬੋਡੀ ਦੱਸਦੀ ਆ ਕਿ ਮੈਨੂੰ ਕੋਈ ਕ੍ਰੋਨੀਕਲ ਚੀਜ਼ ਨਹੀਂ ਹੈਗੀ ਇਹਦੇ ਮਰ ਜੀ ਮੇਰੀ ਕਾਫ ਹੈ ਜੇ ਮੇਰੇ ਗੱਲ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਹੈ ਤਾਂ ਇਸ ਮਾਇਨਰ ਥਿੰਗ ਜਿਹੜੀ ਕਿ 2-3 ਦਿਨ ਵਿੱਚੋਂ ਠੀਕ ਵੀ ਹੋ ਜਾਂਦੀ ਹੈ ਪਰ ਉਹ ਮੈਨੂੰ ਯੂਨੋ ਸ਼ੀ ਵੁਡ ਨਾਟ ਮੀ ਯੂਨੋ ਜਸਟ ਇਗਨੋਰ ਇਟ ਸੋ ਮੇਰਾ ਕਹਿਣ ਦਾ ਮਤਲਬ ਆ ਕਿ ਵੀ ਇਸ ਉਮਰ ਦੇ ਵਿੱਚ ਤੁਹਾਨੂੰ ਜ਼ਰੂਰ ਡਾਕਟਰ ਦੇ ਨਾਲ ਕੰਸਲਟ ਕਰਨਾ ਚਾਹੀਦਾ ਕੋਈ ਵੀ ਆ ਨਾ ਵੀ ਹੋਵੇ ਤਾਂ ਤਦ ਵੀ ਡਾਕਟਰ ਨੂੰ ਕਹੋ ਵੀ ਮੇਰਾ ਤੁਸੀਂ ਕੋਈ ਚੈੱਕਅਪ ਕਰੋ ਖਾਸ ਕਰ ਨਾ ਇਹਦੇ ਵਿੱਚ ਇੱਕ ਮੈਂ ਕਹਿ ਦਾਂਗਾ ਡਾਕਟਰ ਸਾਹਿਬ ਕਿ ਇਸ ਉਮਰ ਦੇ ਵਿੱਚ ਬਲੱਡ ਪ੍ਰੈਸ਼ਰ ਤਾਂ ਇਸ ਉਮਰ 'ਚ ਨਹੀਂ ਹੁੰਦਾ ਉਹ ਤਾਂ ਯੰਗ ਉਮਰ 'ਚ ਕੋਈ 50 ਸਾਲ ਤੋਂ ਸ਼ੁਰੂ ਹੋ ਜਾਂਦਾ ਲੇਕਿਨ ਇਸ ਉਮਰ ਦੇ ਵਿੱਚ ਕਈ ਤੁਹਾਡਾ ਲਿਵਰ ਹੈ ਉਹਦੀ ਫੰਕਸ਼ਨਿੰਗ ਹੋ ਸਕਦਾ ਸਹੀ ਨਹੀਂ ਹੋ ਸਕਦੀ ਕਿਡਨੀ ਜਿਹੜੀ ਆ ਉਹ ਹੋ ਸਕਦੀ ਆ ਸਭ ਤੋਂ ਵੱਡੀ ਗੱਲ ਹੈ ਡਾਕਟਰ ਸਾਹਿਬ ਜਿਹੜੀ ਸ਼ੂਗਰ ਆ ਹਾਂਜੀ ਸ਼ੂਗਰ ਤੋਂ ਤੁਹਾਨੂੰ ਬਹੁਤ ਕੇਅਰਫੁਲ ਰਹਿਣਾ ਪਊਗਾ ਖਾਸ ਕਰ ਅਸੀਂ ਜਿੱਦਾਂ ਤੁਸੀਂ ਕਿਹਾ ਵੀ ਹੈਗਾ ਵੀ ਸਾਡੀਆਂ ਕੁਛ ਆਦਤਾਂ ਬਣੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਮਤਲਬ ਬਦਲਦੇ ਨਹੀਂ ਹੈਗੇ ਖਾਸ ਕਰ ਜ਼ਿਆਦਾ ਮਤਲਬ ਉਹਨੂੰ ਅਬਿਊਜ਼ ਕਰਨ ਲੱਗ ਪੈਂਦੇ ਹਾਂ ਇਸ ਉਮਰ ਜਾਂ ਡਰਿੰਕ ਜ਼ਿਆਦਾ ਕਰ ਲੈਣੀ ਕਿਉਂਕਿ ਹੋਰ ਪਾਸੇ ਕੋਈ ਜਗ੍ਹਾ ਨਹੀਂ ਹੈਗੀ ਤੁਸੀਂ ਬਾਹਰ ਨਹੀਂ ਜਾਂਦੇ ਬੇਟੀਆਂ ਤੋਂ ਯੂਨੋ ਡਰਿੰਕ ਕਰ ਲਈ ਯੂਨੋ ਇਹ ਚੀਜ਼ਾਂ ਫਿਰ ਤੁਹਾਡੀ ਬੋਡੀ ਨੂੰ ਇਫੈਕਟ ਕਰਦੀਆਂ ਜਾਂ ਤੁਹਾਡਾ ਭਾਰ ਵੱਧ ਗਿਆ ਜਾਂ ਯੂਨੋ ਘਰ 'ਚ ਲੱਡੂ ਆਏ ਆ ਯੂਨੋ ਗੁਆਂਢੀਆਂ ਦੇ ਹੁਣ ਜਾਂ ਕਿਸੇ ਵਿਆਹ ਤੋਂ ਉਹ ਮੋਹਰੇ ਡੱਬਾ ਪਿਆ ਹੋਇਆ ਤੁਸੀਂ ਉਹਨੂੰ ਮਤਲਬ ਯੂਨੋ ਟਾਈਮ ਟੂ ਟਾਈਮ ਉਹਨੂੰ ਤੁਸੀਂ ਖਾਈ ਜਾਂਦੇ ਹੋ ਨਿਬਲ ਕਰੀ ਜਾਂਦੇ ਹੋ ਜਾਂ ਕੋਈ ਬਿਸਕਿਟ ਖਾਈ ਜਾਂਦੇ ਹੋ ਕੋਈ ਵੀ ਚੀਜ਼ਾਂ ਜਿਹੜੀਆਂ ਸਵੀਟਨਿੰਗ ਚੀਜ਼ਾਂ ਹੈਗੀਆਂ ਇਹ ਤੁਹਾਡੇ ਵੇ ਤੁਹਾਡੀ ਸਿਹਤ 'ਤੇ ਮੈਟਾਬੋਲਿਜ਼ਮ 'ਤੇ ਬਹੁਤ ਅਸਰ ਪਾਉਂਦੀਆਂ ਹੈਗੀਆਂ ਇਸ ਕਰਕੇ ਬਹੁਤ ਜ਼ਿਆਦਾ ਮੈਂ ਹਰ ਕੋਈ ਇਹ ਕਹੂੰਗਾ ਵੀ ਖਾਸ ਕਰ ਸ਼ੂਗਰ ਜ਼ਰੂਰ ਚੈੱਕ ਕਰਾਓ ਓਕੇ ਥੈਂਕ ਯੂ ਸ਼ੂਗਰ ਬਹੁਤ ਸਾਰੀਆਂ ਚੀਜ਼ਾਂ ਨਾਲ ਹੋ ਸਕਦੀ ਆ ਕਈ ਦਫ਼ਾ ਕੋਈ ਸਵੀਟਨਰ ਚੀਜ਼ਾਂ ਤੁਸੀਂ ਖਾਂਦੇ ਆ ਫਰੂਟ ਵੀ ਕੈਸੇ ਸਵੀਟ ਹੋ ਸਕਦੇ ਆ ਜਿਹੜੇ ਤੁਹਾਨੂੰ ਅਫੈਕਟ ਕਰ ਸਕਦੇ ਆ ਜਿਹੜਾ ਆਟਾ ਹੈਗਾ ਜੇ ਚਿੱਟਾ ਆਟਾ ਹੈਗਾ ਇਹ ਬਹੁਤ ਹਾਨੀਕਾਰਕ ਆ ਇਹ ਤੋਂ ਬਚੋ ਯੂਨੋ ਜਿਹੜੀ ਕਾਰਬੋਹਾਈਡਰੇਟ ਆ ਇਹ ਬੜੀ ਭੈੜੀ ਚੀਜ਼ ਆ ਇਹ ਤੁਹਾਨੂੰ ਮਤਲਬ ਯੂਨੋ ਤੁਹਾਡੇ ਜੋ ਵੀ ਇਨਸੂਲਿਨ ਬਣਾਉਂਦੇ ਉਹਦੇ ਵਿੱਚ ਬਹੁਤ ਫਰਕ ਪੈਂਦਾ ਹੈਗਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਉਹਨਾਂ ਨੇ ਵਿਚਾਰ ਦੱਸੇ ਉਹਨਾਂ ਨੇ ਜਿਹੜਾ ਬੈਸਟ ਜਿਹੜਾ ਕੰਕਲੂਜਨ ਜਿਹੜੀ ਉਹਨਾਂ ਦੀ ਗੱਲ ਦਾ ਸੀਗਾ ਜਿਹੜਾ ਸਲੂਸ਼ਨ ਕੱਢਿਆ ਹੋਇਆ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਡਾਕਟਰ ਨਾਲ ਡਿਸਕਸ ਕਰੋ ਉਹ ਕੀ ਹੋ ਲੱਭੇਗਾ ਹਾਂ ਡਾਕਟਰ ਸਾਹਿਬ ਤੁਹਾਨੂੰ ਹਾਂ ਗੱਲ ਬਿਲਕੁਲ ਇਹ ਗੱਲ ਠੀਕ ਹੈਗੀ ਹੈ ਕਿਉਂਕਿ ਸਾਡੀ ਜਿਹੜੀ ਐਕਸੈਪਟੈਂਸ ਨਾ ਮਨ ਮੰਨਦਾ ਨਹੀਂ ਹੈ ਕੋਲ ਲਈ ਆਪਾਂ ਹੈਲੋ ਜੀ ਸਵਾਗਤ ਹੈ ਕੌਣ ਤੇ ਕਿੱਥੋਂ ਬੋਲਦੇ ਜੀ ਵੈਲਕਮ ਤੁਹਾਡਾ ਹੈਲੋ
ਜੀ ਮੈਂ ਮੁਹੰਮਦ ਬੋਲ ਰਿਹਾ ਸਰ। ਮੁਹੰਮਦ ਜੀ, ਵਾਟ ਸ਼ੁਡ ਵੀ ਡੂ ਇਨ ਓਲਡ ਏਜ? ਮੈਂ ਤੁਹਾਡਾ ਟੈਲੀਵਿਜ਼ਨ ਜ਼ਰਾ ਦੇਰ ਨਾਲ ਸਵਿਚ ਔਨ ਕੀਤਾ ਅਤੇ ਮੈਂ ਜੋ ਟੋਪਿਕ 'ਤੇ ਤੁਸੀਂ ਗੱਲ ਕਰ ਰਹੇ ਹੋ ਉਹ ਮੈਨੂੰ ਇੱਕ ਅਮੈਰੀਕਾ ਦਾ ਪ੍ਰੈਜੀਡੈਂਟ ਸੀ ਰਿਚਰਡ ਨਿਕਸਨ, ਅਤੇ ਉਹ ਵਾਟਰ ਗੇਟ ਸਕੈਂਡਲ 'ਚ ਉਹਦੀ ਇਨਕੁਆਇਰੀ ਹੋਈ ਐਂਡ ਹੀ ਹੈਡ ਟੂ ਰਿਜ਼ਾਈਨ ਫਰੋਮ ਦੀ ਪ੍ਰੈਜੀਡੈਂਸੀ। ਅਤੇ ਇੱਥੋਂ ਦਾ ਇੱਕ ਬੜਾ ਮਸ਼ਹੂਰ ਡੇਵਿਡ ਫਰਾਸਟ ਨੇ ਉਹਦੇ ਇੰਟਰਵਿਊ ਕੀਤੇ ਅਤੇ ਉਹਦੀ ਇੱਕ ਮੈਨੂੰ ਬੜਾ ਫਿਕਰਾ ਯਾਦ ਹੈ। ਉਹ ਕਹਿਣਗਾ ਫੋਰ ਏ ਟੋਪ ਜੋਬ ਯੋਰ ਬ੍ਰੇਨ ਮਸਟ ਕੰਟਰੋਲ ਯੋਰ ਹਾਰਟ। ਅਤੇ ਇਹ ਮਤਲਬ ਇਹ ਕਿ ਜਿਹੜਾ ਜਿਸ ਵੇਲੇ ਬੁਢਾਪਾ ਆਉਂਦਾ ਇਹਦੇ 'ਚ ਕਲਚਰਲ ਡਿਫਰੈਂਸਿਸ ਵੀ ਹੈਗੇ ਨੇ। ਸਾਡੇ ਏਸ਼ੀਅਨ ਲੋਕ ਜਿਹੜੇ ਨੇ ਜਿਸ ਵੇਲੇ ਬੁਢਾਪੇ 'ਚ ਪਹੁੰਚਦੇ ਨੇ ਉਹ ਐਕਸਪੈਕਟ ਕਰਦੇ ਨੇ ਕਿ ਉਹ ਜਿਹੜੇ ਉਹਨਾਂ ਦੇ ਚਿਲਡਰਨ ਨੇ ਜਾਂ ਗ੍ਰੈਂਡ ਚਿਲਡਰਨ ਨੇ ਉਹਨਾਂ ਦੀ ਇੱਜ਼ਤ ਕਰਨ, ਉਹਨਾਂ ਦਾ ਅਦਰ ਲਿਹਾਜ਼ ਕਰਨ। ਲੇਕਿਨ ਇਹ ਸਾਡੇ ਜਿਹੜੇ ਵੈਸਟਰਨ ਕਲਚਰ 'ਚ ਜ਼ਰਾ ਥੋੜ੍ਹਾ ਜਿਹਾ ਮੈਂ ਮਾਈ ਐਕਸਪੀਰੀਅੰਸ ਥੋੜ੍ਹਾ ਜਿਹਾ ਫਰਕ ਹੈ। ਉਹ ਇੱਥੇ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਉਹਨਾਂ ਨੂੰ ਸੀਨੀਅਰ ਸਿਟੀਜ਼ਨ ਵੀ ਕਹਿੰਦੇ ਨੇ, ਉਹ ਜਿਸ ਵੇਲੇ ਬਜ਼ੁਰਗੀ ਜਾਂਦੇ ਨੇ ਅਤੇ ਉਹ ਬੱਚੇ ਕਹਿੰਦੇ ਨੇ ਜੀ ਇਹਨਾਂ ਨੂੰ ਓਲਡ ਏਜ ਹੋਮ 'ਚ ਭੇਜੋ, ਉੱਥੇ ਦੇ ਵਿਲ ਬੀ ਲੁੱਕ ਆਫਟਰ ਐਂਡ ਉਹ ਇੰਨਾ ਕੇਅਰ ਨਹੀਂ ਕਰਦੇ ਜਿੰਨਾ ਸਾਡੇ ਏਸ਼ੀਅਨ ਕਲਚਰ 'ਚ ਹੁੰਦਾ ਹੈ ਕਿ ਮਤਲਬ ਇਹ ਬਜ਼ੁਰਗਾਂ ਨੂੰ ਲੁੱਕ ਆਫਟਰ ਕਰਨਾ, ਭਾਵੇਂ ਅਗਰ ਬਿਮਾਰ ਨੇ ਜਾਂ ਉਹ ਲੁੱਕ ਆਫਟਰ ਨਹੀਂ ਕਰ ਸਕਦੇ। ਅਤੇ ਬੁਢਾਪੇ 'ਚ ਤਾਂ ਕਈ ਬਿਮਾਰੀਆਂ ਹੁੰਦੀਆਂ ਨੇ, ਮਤਲਬ ਇਹ ਬੁਢਾਪਾ ਖੁਦ ਇੱਕ ਬਿਮਾਰੀ ਹੈ। ਅਤੇ ਉਹ ਮਤਲਬ ਇਹ ਕਲਚਰ ਡਿਫਰੈਂਸ, ਅਸੀਂ ਬਜ਼ੁਰਗਾਂ ਦੀ ਇੱਜ਼ਤ ਅਦਬ ਕਰਦੇ ਹਾਂ, ਲੇਕਿਨ ਇਹ ਜਿਹੜੇ ਵੈਸਟਰਨ ਕਲਚਰ ਦੇ ਲੋਕ ਨੇ ਇਹ ਬਜ਼ੁਰਗਾਂ ਦੀ ਕੋਈ ਇੰਨਾ ਇਤਰਾਮ ਜਾਂ ਉਦਬ ਇੰਨਾ ਨਹੀਂ ਸਮਝਦੇ। ਉਹ ਕਹਿੰਦੇ ਨੇ ਕੇਅਰ ਹਾਊਸ 'ਚ ਬਸ ਇਹਨਾਂ ਨੂੰ ਭੇਜ ਦਿਓ ਅਤੇ ਉੱਥੇ ਦੇ ਵਿਲ ਬੀ ਲੁੱਕਡ ਆਫਟਰ ਬਾਏ ਦੀ ਕੇਅਰ ਪੀਪਲ। ਆਈ ਥਿੰਕ ਇਨ ਮਾਈ ਪੁਆਇੰਟ ਆਫ ਵਿਊ, ਮਾਈ ਐਕਸਪੀਰੀਅੰਸ, ਦੇਰ ਆਰ ਕਲਚਰਲ ਡਿਫਰੈਂਸਿਸ ਬਿਟਵੀਨ ਏਸ਼ੀਅਨ ਪੀਪਲ ਐਂਡ ਵੈਸਟਰਨ ਸੋਸਾਇਟੀ। ਥੈਂਕ ਯੂ। ਓਕੇ, ਥੈਂਕ ਯੂ, ਥੈਂਕ ਯੂ ਵੈਰੀ ਮਚ ਮਾਮਾ ਜੀ। ਉਹਨਾਂ ਨੇ ਆਪਣਾ ਐਕਸਪੀਰੀਅੰਸ ਆਪਾਂ ਨੂੰ ਸ਼ੇਅਰ ਕੀਤਾ, ਥੈਂਕ ਯੂ ਮਚ। ਹਾਂਜੀ, ਗੱਲ ਜਿਹੜੀ ਆਪਾਂ ਅਸੀਂ ਕਰ ਰਹੇ ਉਹ ਕਿਉਂਕਿ ਸਾਨੂੰ ਕੋਲਜ ਵੀ ਲੈਣੀਆਂ ਪੈਂਦੀਆਂ, ਇੱਕ ਤਾਂ ਜਿਹੜੀਆਂ ਫੋਰ ਇਗਜ਼ਾਮਪਲ ਦਵਾਈ ਟਾਈਮ ਸਿਰ ਖਾਣੀ ਹੈ ਜੇ ਡਾਕਟਰ ਨੇ ਕਹਿ ਲਿਆ ਵੀ ਹਾਂ ਯੂ ਹੈਵ ਟੂ, ਉਹ ਕਈ ਵਾਰੀ ਜੇ ਕਿਤੇ ਥੋੜ੍ਹਾ ਬਹੁਤ ਬੰਦੇ ਦੀ ਮੋਬਿਲਿਟੀ ਇਹੋ ਜਿਹੀ ਆ ਦਵਾਈ ਟਾਈਮ ਸਿਰ ਨਹੀਂ ਮਿਲਦੀ ਅਤੇ ਉਹ ਫਿਰ ਕਈ ਵਾਰੀ ਸਿਆਣਾ ਜਿਹੜਾ ਕਿਹੜਾ ਬੰਦਾ ਹੈਗਾ ਦੇ ਸਟਾਰਟ ਬਲੇਮਿੰਗ ਵੀ ਤੁਹਾਨੂੰ ਜਾਣੀ ਕਿ ਯਾਦ ਰੱਖਣਾ ਚਾਹੀਦਾ ਜਦੋਂ ਕਿ ਗੋਲੀ ਤਾਂ ਤੁਸੀਂ ਖਾਣੀ ਆ, ਜਦੋਂ ਕਿ ਬਜ਼ੁਰਗ ਨੂੰ ਚਾਹੀਦਾ ਹੈਗਾ ਲੈ ਮੈਂ ਪਾਣੀ ਦਾ ਅਰੇਂਜਮੈਂਟ ਪਹਿਲਾਂ ਕਰਕੇ ਰੱਖਾਂ ਅਤੇ ਜਿਹੜਾ ਹੈਗਾ ਗੋਲੀਆਂ ਮੈਂ ਆਪਣੇ ਕੋਲ ਰੱਖਾਂ। ਸੋ ਇੱਕ ਤਾਂ ਜਿਹੜੀ ਗੱਲ ਮੈਂ ਪਹਿਲਾਂ ਸੀ ਕੀਤੀ ਫਲੈਕਸੀਬਿਲਿਟੀ ਦੀ ਯਾਨੀ ਕਿ ਜ਼ਰੂਰਤ ਹੈ ਵੀ ਤਾਂ ਕਿ ਉਹ ਦੇ ਕੈਨ ਕਮ ਬੋਥ ਆਫ ਦੈਮ ਇਨ ਦਾ ਸੈਂਟਰ। ਇੱਕ ਕੋਲ ਆਪਾਂ ਫਿਰ ਲਈ। ਹੈਲੋ ਜੀ, ਸਵਾਗਤ ਹੈ ਅਕਾਊਂਟ ਕਿੱਥੋਂ ਬੋਲਦੀ, ਵੈਲਕਮ ਤੁਹਾਡਾ ਬਹੁਤ ਬਹੁਤ। ਹਾਂਜੀ ਮਹੇਸ਼ ਸਾਹਿਬ, ਤੁਹਾਨੂੰ ਅਤੇ ਡਾਕਟਰ ਸਾਹਿਬ ਨੂੰ, ਤੁਹਾਡੇ ਸਟਾਫ ਨੂੰ, ਮੋਮੀ ਸਾਹਿਬ ਨੂੰ, ਤੁਹਾਡੇ ਦਰਸ਼ਕਾਂ ਨੂੰ ਪਿਛੋਰ ਤੋਂ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੋਗਲ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਕੀ ਕਹਿਣਾ ਚਾਹੋਗੇ ਤੁਸੀਂ ਮੇਰੀ ਏਜ ਦੇ ਲੱਗਦੇ ਆ? ਦੇਖੋ ਜੀ, ਤੁਸੀਂ ਯਕੀਨ ਨਹੀਂ ਕਰਨਾ, ਆ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਸੀਗੀਆਂ ਨਾ ਟੀ ਵੀ 'ਤੇ ਜੀ, ਅਤੇ ਇਹ ਤੁਹਾਡੇ ਲਾਉਣ ਤੋਂ ਪਹਿਲਾਂ, ਟੀ ਵੀ ਔਨ ਕਰਨ ਤੋਂ ਪਹਿਲਾਂ ਮੇਰੀ ਵਾਈਫ ਵੀ ਇਹ ਗੱਲਾਂ ਕਰ ਰਹੀ ਸੀ। ਸਾਡਾ ਜਵਾਨ ਪੋਤੀ ਜਿਹੜਾ 4-5 ਸਾਲ ਹੋ ਗਏ, ਪੂਰਾ ਹੋ ਗਿਆ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਇਹੀ ਗੱਲਾਂ ਸਮਝਾ ਰਿਹਾ ਸੀਗਾ ਵੀ ਕੋਈ ਗੱਲ ਨਹੀਂ, ਜੋ ਆਏ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਕੁਦਰਤ ਦਾ ਜਿਹੜਾ ਨਿਯਮ ਆ, ਨਿਰੰਕਾਰ ਨੇ ਜਿਹੜਾ ਨਿਯਮ ਬਣਾਇਆ ਹੋਇਆ, ਮੈਂ ਆਪਣੀ ਵਾਈਫ ਨਾਲ ਇਹੀ ਸੇਮ ਗੱਲਾਂ ਕਰ ਰਿਹਾ ਸੀ ਵੀ ਉਹ ਜਿਹੜਾ ਨਿਯਮ ਆ ਨਾ, ਉਹ ਸੰਤਾਂ ਲਈ ਵੀ ਉਹੀ ਆ, ਮਹਾਨਤਾਂ ਲਈ ਵੀ ਉਹੀ ਆ, ਪੀਰਾਂ ਲਈ ਵੀ ਉਹੀ ਆ, ਫਕੀਰਾਂ ਲਈ ਵੀ ਉਹੀ ਆ, ਗੁਰੂਆਂ ਲਈ ਵੀ ਉਹੀ ਆ ਅਤੇ ਅਵਤਾਰਾਂ ਲਈ ਵੀ ਉਹੀ ਆ। ਉਹ ਸਾਰਿਆਂ ਵਾਸਤੇ ਉਹ ਨਿਯਮ ਆ ਨਿਰੰਕਾਰ ਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਤਬਦੀਲੀ ਨਹੀਂ ਕਰ ਸਕਦਾ।
ਕਿਉਂਕਿ ਉਹ ਦੋ ਚੀਜ਼ਾਂ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ, ਜੰਮਣਾ ਤੇ ਮਰਨਾ। ਜੰਮਣ ਹੁਕਮ ਹੈ ਭਾਣੇ ਆਵੇ ਜਾਏ, ਬਾਕੀ ਸਭ ਕੁਛ ਸਾਨੂੰ ਦੇ ਦਿੱਤਾ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਮਨ ਦੀ ਗੱਲ ਕਰਦੇ ਸੀਗੇ, ਸਾਨੂੰ ਸਭ ਕੁਛ ਦੇ ਦਿੱਤਾ ਹੋਇਆ। ਇੱਕ ਪਾਸੇ ਧਰਮ ਦੇ ਦਿੱਤਾ, ਮਾਇਆ ਬਣਾਤੀ, ਫਿਰ ਧਰਮ ਵੀ ਦੇ ਦਿੱਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਦੂਜੇ ਪਾਸੇ ਧਰਮ ਧੀਰੇ ਸਤ ਸੰਤੋਖ ਜਤ, ਉਹਨਾਂ ਨੂੰ ਬੈਲੈਂਸ ਰੱਖਣ ਵਾਸਤੇ, ਤੋਲ ਤਵਾਜ਼ਨ ਸਹੀ ਰੱਖਣ ਵਾਸਤੇ ਪਰਮਾਤਮਾ ਨੇ ਸਾਨੂੰ ਸੁਰਤ, ਮਤ, ਮਨ, ਬੁੱਧ, ਵਿਵੇਕ ਬੁੱਧ ਉਹ ਵੀ ਦਿੱਤਾ ਹੋਇਆ, ਸਭ ਕੁਛ ਦੇ ਦਿੱਤਾ। ਦੋ ਗੱਲਾਂ ਉਹਨੇ ਆਪਣੇ ਕੋਲ ਰੱਖੀਆਂ, ਜੰਮਣਾ ਅਤੇ ਮਰਨਾ। ਬਾਲ, ਜਵਾਨੀ ਔਰ ਬਿਰਧ ਹੁਣ ਤਿੰਨ ਅਵਸਥਾ ਜਾਣ ਬਾਣੀ 'ਚ ਵੀ ਮਹਾਰਾਜ ਚੇਤਾ ਕਹਿੰਦੇ ਨੇ। ਇਹ ਜਿਹੜੇ ਕਾਨੂੰਨ ਨੇ, ਜਿਹੜਾ ਨਿਰੰਕਾਰੀ ਨਿਰੰਕਾਰੀ ਕਾਨੂੰਨ ਆ ਨਾ ਮਹੇ ਸਾਹਿਬ, ਇਹ ਸਾਰਿਆਂ 'ਤੇ ਲਾਗੂ ਹੋਣਾ। ਹਾਂਜੀ ਹਾਂਜੀ, ਜਿੱਦਾਂ ਮਰਜ਼ੀ, ਜਿਵੇਂ ਸੁਮਨ ਸਾਹਿਬ ਕਹਿ ਕੇ ਗਏ ਨੇ, ਬਿਲਕੁਲ। ਬਹੁਤ ਲੋਕ ਅਸੀਂ ਦੇਖੇ ਨੇ, ਤੁਸੀਂ ਵੀ ਦੇਖਦੇ ਹਾਂ, ਸਮਾਜ 'ਚ ਰਹਿੰਦੇ ਹਾਂ, ਅਤੇ ਉਹ ਨਾ ਜਿੰਨੇ ਆਪਣੇ ਆਪ ਨੂੰ ਜਵਾਨ ਕਰਦੇ ਆ ਵੀ ਮੈਂ ਯਾਰ ਬੁੱਢਾ ਨਾ ਲੱਗਾਂ, ਯਾਰ ਮੈਂ ਇੱਦਾਂ ਕਰ ਲਵਾਂ ਕੱਪੜੇ ਇੱਦਾਂ ਜਾਂ ਇੱਦਾਂ, ਜੋ ਮਰਜ਼ੀ ਜਿੱਦਾਂ ਮਰਜ਼ੀ ਕਰ ਲਿਆ। ਮਹਾਰਾਜ ਉਹਦਾ ਵੀ ਜਵਾਬ ਦਿੰਦੇ ਨੇ ਬਾਣੀ 'ਚ, ਕਹਿੰਦੇ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ। ਇਹਦਾ ਮਤਲਬ ਜੇ ਜਰਵਾਣਾ ਮਤਲਬ ਜੇ ਬੁਢਾਪਾ ਜੇ ਆਉਂਦਾ, ਜੇ ਤੁਸੀਂ ਉਹਨੂੰ ਉਸ ਬੁਢਾਪੇ ਨੂੰ ਦੂਰ ਜਿੱਦਾਂ ਮਰਜ਼ੀ ਕੋਸ਼ਿਸ਼ ਕਰ ਲਓ, ਜਿੱਦਾਂ ਮਰਜ਼ੀ ਵੀ ਇਹ ਮੈਂ ਬੁੱਢਾ ਨਾ ਲੱਗਾਂ, ਮੈਂ ਇੱਦਾਂ ਲੱਗਾਂ, ਕੋ ਰਹੇ ਨਾ ਭਰੀਏ ਪਾਈਏ। ਮਹਾਰਾਜ ਕਹਿੰਦੇ ਨੇ ਜਦੋਂ ਘੜਾ ਭਰ ਗਿਆ ਨਾ, ਉਹ 'ਚ ਹੋਰ ਨਹੀਂ ਕੁਛ ਪੈਣਾ, ਜਦੋਂ ਇਹਦੀ ਉਹ ਸਵਾਸ ਪੂਰੇ ਹੋ ਗਏ, ਅਤੇ ਤੁਸੀਂ ਜੋ ਮਰਜ਼ੀ ਕਰੀ ਜਾਓ, ਉਹ ਜੋ ਕਰਨਾ ਉਹਨੇ ਪਰਮਾਤਮਾ ਨੇ ਉਹ ਕਰ ਹੀ ਦੇਣਾ। ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ। ਮੈਂ ਇੱਕ ਇਗਜ਼ਾਮਪਲ ਤੁਹਾਨੂੰ ਸੱਚੀ ਮੈਂ ਦੇਣ ਲੱਗਾ, ਮੈਂ ਉਸ ਉਹ ਇਗਜ਼ਾਮਪਲ ਦੇ ਕੇ ਮਹੇ ਸਾਹਿਬ, ਮੈਂ ਬਰਮਿੰਘਮ ਤੋਂ ਆ ਰਿਹਾ ਸੀਗਾ, ਅਤੇ ਲੈਸਟ ਦੇ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਵਾਈਫ ਕਹਿੰਦੀ ਚਲੋ ਮੱਥਾ ਟੇਕੀਏ ਗੁਰਦੁਆਰੇ। ਮੈਂ ਕਿਹਾ ਚਲੋ ਚਲੋ ਮੱਥਾ ਟੇਕ ਚੱਲਦੇ ਹਾਂ। ਅਤੇ ਉੱਥੇ ਇੱਕ 80-90 ਸਾਲ ਦਾ ਬੰਦਾ, 80-90 ਸਾਲ ਦਾ ਬੰਦਾ ਸਿੱਖੀ ਸਰੂਪ ਦੇ ਵਿੱਚ, ਬੁੱਢ ਬਜ਼ੁਰਗ 80-90, ਉਹ ਢਾਂਗੂ ਲੈ ਕੇ ਤੁਰਿਆ ਜਾਵੇ ਮੱਥਾ ਟੇਕਣ, ਅਤੇ ਮੈਂ ਜਦੋਂ ਦੇਖਿਆ, ਮੈਂ ਕਿਹਾ ਯਾਰ ਮੈਂ ਅੰਦਰੋਂ ਮੈਂ ਹੋਰ ਤਰ੍ਹਾਂ ਹੋ ਗਿਆ, ਦਾੜੀ ਉਹਦੀ ਐਨ ਕਾਲੀ, ਅਤੇ ਮੈਂ ਕਿਹਾ ਸੱਚੇ ਪਾਤਸ਼ਾਹ ਮਿਹਰ ਕਰੀ, ਉੱਤਰ ਉਹਦੇ ਹੁੰਦਾ ਨਹੀਂ, ਗੋਡੇ ਉਹਦੇ ਖੜਖੜ ਕਰਦੇ ਆ, ਗੋਡੇ ਉਹਦੇ ਦੁਹਾਈ ਪਾਉਂਦੇ ਵੀ ਆਹ ਭਾਈਆ ਤੁਰਿਆ ਆਉਂਦਾ, ਪਰ ਲੇਕਿਨ ਉਹ ਆਪਣੇ ਆਪ ਨੂੰ ਜਵਾਨ। ਮੈਂ ਦੂਸਰੇ ਦਿਨ ਫਿਰ ਕਵਿਤਾ ਲਿਖੀ ਸੀ, ਉਹਦਾ ਨਾਂ ਰੱਖਿਆ ਸੀ ਬਨੌਟੀ ਬੰਦਾ, ਉਹਨੂੰ ਦੇਖ ਕੇ ਮੈਂ ਭਾਈ ਸੱਚੇ ਪਾਤਸ਼ਾਹ ਮਿਹਰ ਕਰੀ, ਮੈਂ ਨਾਂ ਕਵਿਤਾ ਦਾ ਨਾਂ ਵੀ ਇਹੋ ਰੱਖਿਆ ਫਿਰ ਵੀ ਬਨੌਟੀ ਬੰਦਾ। ਅਤੇ ਉਹ ਇੱਦਾਂ ਹੈ ਵੀ ਬੁਢੇਪੇ ਨੇ ਹਰ ਹਾਲਤ ਆਉਣਾ ਹੈ, ਬੁਢੇਪੇ ਨੇ ਹਰ ਹਾਲਤ ਆਉਣਾ ਹੈ, ਕਿਉਂ ਇਸ ਕੋਲੋਂ ਤੂੰ ਡਰਦਾ ਏ, ਉਹ ਮਰਜ਼ੀ ਏ ਕੁੱਲ ਮਾਲਕ ਦੀ, ਕਿਉਂ ਹੁਕਮ ਅਦੂਲੀ ਕਰਦਾ ਏ ਯਾਰਾ, ਕਿਉਂ ਹੁਕਮ ਅਦੂਲੀ ਕਰਦਾ ਏ। ਕਹਿੰਦਾ ਗਿਲਿਆਂ ਨਾਲ ਤੂੰ ਭਰਿਆ ਫਿਰਨਾ, ਸ਼ੁਕਰਾਨਾ ਕਦੇ ਫਰਮਾਇਆ ਨਾ, ਹਰ ਇੱਕ ਲਈ ਨੇ ਨਿਯਮ ਉਸਦੇ, ਉਹਨਾਂ ਤਾਂ ਹੀ ਅਪਣਾਇਆ ਨਾ, ਉਮਰ ਲੁਕਾਇਆ ਕਦੇ ਨਾ ਲੁਕਦੀ, ਮਨ ਮੂਰਖ ਨੂੰ ਸਮਝਾਇਆ ਨਾ, ਸਵਾਸਾਂ ਰੂਪੀ ਪੂੰਜੀ ਪੱਲੇ ਉਸਨੂੰ ਕਿਸੇ ਵਧਾਇਆ ਨਾ, ਉਹ ਗਈ ਜਵਾਨੀ ਕਦੇ ਨਾ ਮੁੜਦੀ। ਗਈ ਜਵਾਨੀ ਮਹੇ ਸਾਹਿਬ, ਗਈ ਜਵਾਨੀ ਕਦੇ ਨਾ ਮੁੜਦੀ, ਕਿਉਂ ਕੁਦਰਤ ਉੱਤੇ ਵਰਦਾ ਹੈ, ਉਹ ਬੁਢੇਪੇ ਨੇ ਹਰ ਹਾਲਤ ਆਉਣਾ ਹੈ, ਕਿਉਂ ਇਸ ਕੋਲੋਂ ਤੂੰ ਡਰਦਾ ਹੈ, ਇਹ ਮਰਜ਼ੀ ਏ ਕੁੱਲ ਮਾਲਕ ਦੀ, ਕਿਉਂ ਹੁਕਮ ਅਦੂਲੀ ਕਰਦਾ ਹੈ। ਬਹੁਤ ਵਧੀਆ, ਥੈਂਕ ਯੂ। ਹਜੇ ਚਾਰ ਬੰਦ ਨੇ, ਉਹ ਨਹੀਂ ਪੜ੍ਹਨੇ। ਚਲੋ ਮੈਂ ਜਿਹੜੀ ਗੱਲ ਕਹਿਣੀ ਸੀ ਕਹਿ ਦਿੱਤੀ, ਵੀ ਜਦੋਂ ਉਹਦੇ ਕੋਲ ਤੁਰ ਨਹੀਂ ਸੀ ਹੁੰਦਾ, ਮਹੇ ਸਾਹਿਬ ਢਾਂਗੂ ਨਾਲ ਤੁਰਦਾ ਸੀ, ਦਾੜੀ ਐਨ ਕਾਲੀ। ਕਈ ਵਾਰੀ ਇੱਦਾਂ ਹੁੰਦੀ ਹੈ ਭੋਗਲ ਸਾਹਿਬ, ਹਾਂਜੀ ਸੁਣੀ ਆ ਗੱਲ, ਕਈ ਵਾਰੀ ਇੱਦਾਂ ਹੁੰਦੀ ਆ ਕਿ ਜੋ ਉਹਦਾ ਸਿਆਣਾ ਹੁੰਦਾ, ਉਹ ਦੰਦ ਵੀ ਦੁਬਾਰਾ ਆਉਣ ਲੱਗ ਪੈਂਦੇ ਆ, ਵਾਲ ਵੀ ਕਾਲੇ ਹੋਣ ਲੱਗ ਪੈਂਦੇ ਆ। ਬਹੁਤ ਧੰਨਵਾਦ, ਕਾਫੀ ਚਿਰ ਬਾਅਦ ਆਇਆ, ਥੋੜਾ ਬਹੁਤ ਥੈਂਕ ਯੂ, ਆਇਆ ਕਰੋ।
ਹਾਂਜੀ ਹਾਂਜੀ ਗੱਲ ਯਾਨੀ ਕਿ ਜਿਹੜੀ ਐਕਸੈਪਟ ਕਰਦੀ ਹੈ ਜਿਹੜੇ ਵਾਲੇ ਵਾਲ ਯਾਨੀ ਕਿ ਕਾਲੇ ਕਰਨੇ ਯਾਨੀ ਕਿ ਜਾਂ ਹੋਰ ਕੁਛ ਇਹੋ ਜਿਹਾ ਡਰਾਮਾ ਕਰਨਾ ਉਹ ਵੀ ਨੌਨ ਐਕਸੈਪਟੈਂਸ ਦੀ ਗੱਲ ਹੈ ਉਹ ਵੀ ਕਿਉਂਕਿ ਅਸੀਂ ਐਕਸੈਪਟ ਨਹੀਂ ਕਰਦੇ ਇਹ ਨਾਲ ਹੀ ਕਨੈਕਟਡ ਹੈਗਾ ਜਦੋਂ ਯਾਨੀ ਕਿ ਅਸੀਂ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦੇ ਉਸ ਚੀਜ਼ ਨੂੰ ਵੀ ਮੇਰੀ ਜਿਹੜੀ ਹੁਣ ਉਮਰ ਹੋ ਗਈ ਆ ਇਹ ਇਹਦੇ ਹਿਸਾਬ ਨਾਲ ਕਿਹੜੇ ਹੋਏ ਵਾਲ ਵੀ ਚਿੱਟੇ ਹੋਣੇ ਆ ਇਹਦੇ ਹਿਸਾਬ ਨਾਲ ਕਿਹੜਾ ਮੇਰੀ ਹੀਅਰਿੰਗ ਪਾਵਰ ਵੀ ਘਟਣੀ ਹੈ ਇਹਦੇ ਹਿਸਾਬ ਨਾਲ ਮੇਰੇ ਦੰਦ ਵੀ ਜਿਹੜੇ ਹੈਗੇ ਆ ਉਹ ਵੀ ਸ਼ਾਇਦ ਨਾ ਹੋ ਰਹਿਣ ਅਤੇ ਇਹ ਇਹ ਗੱਲਾਂ ਜੇ ਅਸੀਂ ਜਾਂ ਸਾਡੀ ਮੇਰੀ ਜਿਹੜੀ ਨਿਗਾਹ ਹੈਗੀ ਆ ਵੀ ਮੈਂ ਹੁਣ ਆਪਣੀ ਐਨ ਕਲੋਨੀ ਪਿਆ ਕਰਨੀ ਹੈ ਇਹ ਐਕਸੈਪਟੈਂਸ ਹੈ ਇੱਦਾਂ ਹੀ ਯਾਨੀ ਕਿ ਅਸੀਂ ਬਿਮਾਰੀ ਨੂੰ ਵੀ ਐਕਸੈਪਟ ਨਹੀਂ ਕਰਦੇ ਹੈ ਜਦੋਂ ਸਾਡੇ 'ਤੇ ਕੋਈ ਆਉਂਦੀ ਹੈਗੀ ਚੀਜ਼ ਕੋਈ ਵੀ ਐਕਸੈਪਟ ਨਹੀਂ ਕਰਦੇ ਇੱਦਾਂ ਹੀ ਅਸੀਂ ਆਪਣੇ ਫੂਡ ਨੂੰ ਵੀ ਐਕਸੈਪਟ ਨਹੀਂ ਕਰਦੇ ਹੈ ਜੇ ਡਾਕਟਰ ਕਹਿੰਦਾ ਵੀ ਆਹ ਫੂਡ ਤੈਨੂੰ ਨਹੀਂ ਖਾਣਾ ਚਾਹੀਦਾ ਹੈਗਾ ਅਤੇ ਉਹ ਨਿਆਣੇ ਵੀ ਕਹਿੰਦੇ ਹੈਗੇ ਘਰ ਦੇ ਬਾਕੀ ਦੇ ਵੀ ਕਹਿੰਦੇ ਬਿਕੋਜ਼ ਦੇ ਆਰ ਕੰਸਰਨ ਫੋਰ ਯੂ ਵੀ ਤੇਰੀ ਸਿਹਤ ਲਈ ਆਹ ਗੱਲ ਜਿਹੜੀ ਹੈਗੀ ਠੀਕ ਨਹੀਂ ਹੈ ਫਿਰ ਤੁਸੀਂ ਨਹੀਂ ਮੰਨਦੇ ਹੈਗੇ ਅਤੇ ਉਹਨਾਂ ਫਿਰ ਨਿਆਣੇ ਕਹਿੰਦੇ ਲੈ ਵੀ ਅਸੀਂ ਇਹਦੀ ਕੇਅਰ ਕਰਦੇ ਹਾਂ ਇਹ ਆਪਣੀ ਕੇਅਰ ਨਹੀਂ ਕਰ ਰਿਹਾ ਹੈਗਾ ਹੀ ਔਰ ਸ਼ੀ ਇਜ਼ ਦਾ ਬੈਸਟ ਐਨਮੀ ਵੈਲਕਮ ਜੀ ਕੌਣ ਕਿੱਥੋਂ ਬੋਲਦੀ ਵੈਲਕਮ ਤੁਹਾਡਾ ਮੈਂ ਸਾਥੀ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਗਮ ਤੋਂ ਚੌਹਾਨ ਸਾਹਿਬ ਜੀ ਤੁਹਾਡਾ ਬਹੁਤ ਸਵਾਗਤ ਹੈ ਪਹਿਲਾਂ ਤੁਸੀਂ ਗਏ ਕਿੱਥੇ ਸੀ ਤੁਸੀਂ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਮੈਂ 4 ਹਫ਼ਤੇ ਲਈ ਇੰਡੀਆ ਗਿਆ ਹੋਇਆ ਸੀ ਓਕੇ ਵੈਲਕਮ ਬੈਕ ਟੂ ਇੰਡੀਆ ਥੈਂਕ ਯੂ ਅਤੇ ਬਾਕੀ ਜਿਹੜਾ ਅੱਜ ਆਪਣੇ ਵਿਸ਼ਾ ਰੱਖਿਆ ਹਾਂਜੀ ਕਿਉਂਕਿ ਦੇਖੋ ਜਿਹੜੀ ਏਜ ਹੈਗੀ ਆ ਹਰੇਕ ਆਦਮੀ ਦੀ ਏਜ ਜਿਹੜੀ ਆ ਜਿਉਂ ਜਿਉਂ ਉਹ ਏਜ ਵੱਧਦੀ ਜਾਂਦੀ ਹੈ ਪਰ ਵੱਡੀ ਤਾਂ ਗੱਲ ਆ ਵੀ ਜੇ ਤੁਸੀਂ ਬਚਪਨ ਦੇ ਵਿੱਚ ਆਪਣੀ ਜੀਵਨ ਸ਼ੈਲੀ ਨੂੰ ਠੀਕ ਰੱਖੋ ਤਾਂ ਉਹਦਾ ਬਹੁਤ ਫਾਇਦਾ ਹੁੰਦਾ ਪਰ ਕਈ ਬੰਦੇ ਜਾਣੀ ਉਹ ਦੱਸਣ ਦੇ ਬਾਵਜੂਦ ਵੀ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਖੁਰਾਕ ਦਾ ਔਰ ਜੀਵਨ ਨੂੰ ਕਿੱਦਾਂ ਚਲਾਉਣਾ ਹੈਗਾ ਹੁਣ ਜਿਸ ਤਰ੍ਹਾਂ ਵੀ ਜਿਹੜੀ ਉਮਰ ਆ ਦੇਖੋ ਵੀ ਆਪਾਂ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਮੇਰੇ ਖਿਆਲ ਨਾਲ ਵੀ ਇੱਥੇ ਜਾਣੀ ਬਹੁਤ ਤੁਹਾਨੂੰ ਮਤਲਬ ਜ਼ਿਆਦਾ ਜੀਣ ਦੀਆਂ ਸੰਭਾਵਨਾ ਆ ਜਾਣੀ ਬਹੁਤ ਲੋਕ ਜ਼ਿਆਦਾ ਉਮਰੇ ਦੇ ਇੱਥੇ ਹੋ ਕੇ ਉਹ ਕਿਉਂਕਿ ਇੱਕ ਤਾਂ ਇੱਥੇ ਸਿਸਟਮ ਚੰਗਾ ਆ ਫਿਰ ਇੱਥੇ ਖਾਣ ਪੀਣ ਲਈ ਔਰ ਜੋ ਕੁਝ ਹੈਗਾ ਆ ਹੁਣ ਜੇ ਤੁਸੀਂ ਇਹ ਉਮੀਦ ਰੱਖੋ ਵੀ ਸਾਡੇ ਬੱਚੇ ਜਾਂ ਉਹੀ ਸਾਡੀ ਦੇਖਭਾਲ ਕਰਨ ਪਹਿਲਾਂ ਤਾਂ ਆਪ ਤਾਂ ਦੇਖੋ ਵੀ ਤੁਸੀਂ ਆਪ ਕੀ ਕਰਦੇ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਠੀਕ ਰੱਖ ਸਕਦੇ ਆ ਜਿਹੜੀਆਂ ਬਹੁਤੀਆਂ ਬਿਮਾਰੀਆਂ ਤਾਂ ਤੁਸੀਂ ਉਹ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਹੁਣ ਜਿਹੜਾ ਆਪਾਂ ਮਤਲਬ ਕਿ ਇਹ ਕਹਿੰਦੇ ਹਾਂ ਜੀ ਵੀ ਜੇ ਅਸੀਂ ਬਿਮਾਰ ਹੁੰਦੇ ਹਾਂ ਵੀ ਇਹ ਸਾਡੀ ਜਾਂ ਕਿਸਮਤ 'ਚ ਲਿਖਿਆ ਆ ਹੁਣ ਦੇਖੋ ਪਹਿਲਾਂ ਤਾਂ ਬਹੁਤ ਲੋਕ ਤਾਂ ਇਹ ਯਕੀਨ ਰੱਖਦੇ ਆ ਵੀ ਅਸੀਂ ਧੁਰੋਂ ਲਿਖਾ ਕੇ ਆਏ ਹਾਂ ਵੀ ਇੰਨਾ ਅਸੀਂ ਜੀਣਾ ਇਹ ਕਿੰਨੀ ਗੱਲ ਗਲਤ ਆ ਵੀ ਜੇ ਤੁਸੀਂ ਆਪਣੀ ਜਨਮ ਕੁੰਡਲੀ ਤੋਂ ਇਹੀ ਕਹਿੰਦੇ ਹਾਂ ਵੀ ਤੁਸੀਂ ਇੰਨਾ ਜੀਣਾ ਹੋਣਾ ਫਿਰ ਤਾਂ ਉਹ ਤੁਹਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਜਿਹੜੀ ਜਿਹੜੀ ਮਤਲਬ ਸੋਚ ਆ ਉਹ ਵਿਗਿਆਨਕ ਹੋਣੀ ਚਾਹੀਦੀ ਆ ਹੁਣ ਬਾਕੀ ਜਿਹੜੀਆਂ ਜਿਹੜੀ ਜਿਉਂ ਜਿਉਂ ਤੁਸੀਂ ਉਮਰ ਜ਼ਿਆਦਾ ਹੁੰਦੀ ਆ ਹੁਣ ਕਈ ਬੰਦੇ ਮੈਂ ਹੈਰਾਨ ਆ ਕਈ 60 ਸਾਲ ਦੀ ਉਮਰ 'ਚ ਬੁੜੇ ਲੱਗਦੇ ਆ ਫਿਰ ਜੇ ਜੇ ਤੁਹਾਨੂੰ ਕੋਈ ਬਿਮਾਰੀ ਹੈਗੀ ਆ ਤਾਂ ਤੁਸੀਂ ਉਹਦਾ ਡਾਕਟਰ ਨੂੰ ਵੀ ਮਿਲੋ ਬੜੀ ਤਾਂ ਗੱਲ ਵੀ ਆਪ ਠੀਕ ਰੱਖੋ ਹੁਣ ਬਾਅਦ ਦੇ ਵਿੱਚ ਜੇ ਤੁਸੀਂ ਜ਼ਿਆਦਾ ਉਮਰ ਦੀ ਹੋ ਗਈ ਜਾਂ ਤੁਹਾਨੂੰ ਡਿਮੈਂਸ਼ੀਆ ਵੀ ਹੋ ਸਕਦਾ ਡਿਮੈਂਸ਼ੀਏ ਦਾ ਜਿਹੜਾ ਸੌਖਾ ਇਲਾਜ ਆ ਵੀ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖੋ ਜਿਹੜੀ ਜੇ ਤੁਸੀਂ ਰਿਟਾਇਰ ਹੋ ਗਏ ਆ ਤੁਸੀਂ ਮਤਲਬ ਐਕਸਰਸਾਈਜ਼ ਕਰੋ ਔਰ ਜਿਮ ਜੁਆਇਨ ਕਰੋ ਔਰ ਵੱਡੀ ਗੱਲ ਆ ਵੀ ਚੰਗੀ ਖੁਰਾਕ ਖਾਓ ਹੁਣ ਜਿੱਦਾਂ ਮੈਂ 4 ਹਫ਼ਤੇ ਉੱਥੇ ਰਹਿ ਕੇ ਆਇਆ ਔਰ ਮੈਂ ਜਾਂਦਾ ਵੀ ਰਹਿੰਦਾ ਤੁਸੀਂ ਵੀ ਜਾਂਦੇ ਰਹਿੰਦੇ ਹੋ ਉੱਥੇ ਲੋਕਾਂ ਦੀ ਸੋਚ ਗਲਤ ਆ ਹਾਂਜੀ ਹਾਂਜੀ ਉਸ ਪਰ ਉਹ ਦੇਖੋ ਗਲਤ ਸੋਚ ਨੂੰ ਉਹਨੇ ਇੱਦਾਂ ਅਪਣਾਇਆ ਵੀ ਉਹ ਜੀਂਦਿਆਂ ਦੀ ਘੱਟ ਕੇਅਰ ਕਰਦੇ ਆ
ਔਰ ਜਦ ਉਹ ਜਿਹੜੇ ਮਰੇ ਹੋਏ ਆ ਨਾ ਬਹੁਤ ਦੇਰ ਪਹਿਲਾਂ, ਉਹਨਾਂ ਨੂੰ ਉਹ ਜਠੇਰਿਆਂ ਦੇ ਤੌਰ 'ਤੇ ਪੂਜਦੇ ਆ, ਔਰ ਉਹ ਇਹ ਮਨ 'ਚ ਬਿਠਾਲੀ ਬੈਠੇ ਆ ਵੀ ਜੇ ਜਿਹੜੇ ਸਾਡੇ ਇੱਥੇ ਨੁਕਸਾਨ ਹੋ ਰਿਹਾ ਵੀ ਉਹ ਜੇ ਇੱਦਾਂ ਕਰਾਂਗੇ ਤਾਂ ਉਹ ਠੀਕ ਰਹਿਣਗੇ, ਵੀ ਉਹ ਸਾਡਾ ਫਾਇਦਾ ਹੋ। ਦੇਖੋ ਕਿੰਨਾ ਟਾਈਮ ਬਰਬਾਦ ਕਰਦੇ ਆ, ਮੇਲੇ ਲਾਉਂਦੇ ਆ, ਆਹ ਗਰਮੀ ਦੇ ਮੌਸਮ ਦੇ ਵਿੱਚ ਉਹ ਮੇਲੇ ਲਾਉਂਦੇ ਜੀ, ਆ ਇਸ ਗੋਹ 'ਤੇ ਜਠੇਰਿਆਂ ਦਾ ਮੇਲਾ ਆ, ਆ ਇਸ ਗੋਹ 'ਤੇ ਜਠੇਰਿਆਂ ਦਾ ਮੇਲਾ, ਔਰ ਉਹ ਆਪਣੀ ਬਰਬਾਦੀ ਕਰਦੇ ਆ। ਇਹ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਹੁਣ ਦੇਖੋ ਵੀ ਜੇ ਤੁਸੀਂ ਆਪਣੇ ਜੀਵਨ ਨੂੰ, ਤੁਸੀਂ ਪਹਿਲਾਂ ਤਾਂ ਹਰੇਕ ਬੰਦਾ ਜੇ ਉਹ ਸਵੇਰ ਨੂੰ ਉੱਠ ਕੇ ਸਾਧਨਾ ਕਰਦਾ, ਯਾਨੀ ਮੈਡੀਟੇਸ਼ਨ ਥੋੜ੍ਹੀ ਕਰਦਾ, ਉਹ 24 ਘੰਟੇ 'ਚ ਆਪਣਾ ਦੱਸੇ ਵੀ ਮੈਂ ਕੀ ਕੁਛ ਕਰਨਾ ਔਰ ਕਿੱਦਾਂ ਮੈਂ ਮਿਲਣਾ ਲੋਕਾਂ ਨੂੰ, ਫਿਰ ਇਹ ਤੁਹਾਡੇ 'ਤੇ ਵੀ ਡਿਪੈਂਡ ਕਰਦਾ ਵੀ ਜੇ ਤੁਹਾਨੂੰ ਬੱਚੇ ਤੁਹਾਨੂੰ ਪੁੱਛਦੇ ਨਹੀਂ, ਤੁਹਾਡੇ ਪੋਤੇ ਪੋਤੀਆਂ ਨਹੀਂ ਪੁੱਛਦੇ, ਇਹਦੇ ਵਿੱਚ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਉਹਨਾਂ ਨੂੰ ਕਿੰਨਾ ਪੁੱਛਦੇ ਹੋ, ਉਹਨਾਂ ਦੇ ਨਾਲ ਕਿੰਨਾ ਮਿਲਦੇ ਆ, ਉਹਨਾਂ ਦੇ ਕਿੱਦਾਂ ਉਹਨਾਂ ਨੂੰ ਸਹਿਯੋਗ ਦਿੰਦੇ ਆ। ਮੈਂ ਤਾਂ ਕਹਿੰਦਾ ਜੇ ਤੁਸੀਂ ਠੀਕ ਆ ਉਹ ਸਾਰੇ ਹੀ ਠੀਕ ਆ, ਬਾਕੀ ਅਸੀਂ ਬਾਈ ਕਈ ਵਾਰੀ ਅਸੀਂ ਬਹੁਤ ਉਹਨਾਂ ਤੋਂ ਐਕਸਪੈਕਟ ਕਰਦੇ ਹਾਂ, ਨੋਹਾਂ ਤੋਂ ਬਹੁਤ ਐਕਸਪੈਕਟ ਕਰਦੇ ਹਾਂ। ਇਹੀ ਗੱਲ ਆ, ਕਿਉਂਕਿ ਦੇਖੋ ਇੱਦਾਂ ਨਹੀਂ ਹੋਣਾ ਚਾਹੀਦਾ, ਪਹਿਲਾਂ ਤੁਸੀਂ ਆਪਣਾ ਆਪ ਠੀਕ ਰੱਖੋ, ਪਹਿਲਾਂ ਹਸਬੈਂਡ ਐਂਡ ਵਾਈਫ ਜੇ ਉਹ ਠੀਕ ਰਹਿਣ ਔਰ ਬਾਕੀ ਆਪ ਤੁਸੀਂ ਸਭ ਕੁਝ ਕਰੋ। ਪਹਿਲਾਂ ਤਾਂ ਵੱਡੀ ਤਾਂ ਗੱਲ ਆ ਵੀ ਘਰ ਦੀ ਤਾਂ ਤੁਸੀਂ ਦੇਖਭਾਲ ਕਰੋ, ਆਪਣੇ ਸਰੀਰ ਦੀ ਦੇਖਭਾਲ ਕਰੋ, ਤੁਰੋ ਫਿਰੋ, ਚੰਗਾ ਖਾਣਾ ਖਾਓ, ਔਰ ਬੱਚਿਆਂ ਦੇ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਹੁਣ ਦੇਖੋ ਪਹਿਲਾਂ ਤਾਂ ਜਿਹੜੇ ਤੁਹਾਡੇ ਨੌਂ ਪੁੱਤ ਆ ਅਤੇ ਧੀਆਂ ਦਾ ਵਿਆਹ ਹੋ ਕੇ ਆਪਣੇ ਘਰ 'ਚ ਲੈ ਜਾਂਦੀਆਂ, ਜੇ ਤੁਸੀਂ ਉਹਨਾਂ ਦੇ ਨਾਲ ਆਪਣੇ ਗੱਲੇ ਹੀ ਨਹੀਂ ਕਰਦੇ ਤਾਂ ਕੋਈ ਮਸਲਾ ਨਹੀਂ ਹੱਲ ਹੁੰਦਾ। ਬਾਕੀ ਜਿਹੜਾ ਜਿਹੜੀ ਤੁਸੀਂ ਤਣਾਅ ਦੀ ਗੱਲ ਕੀਤੀ ਆ, ਤਣਾਅ ਨੂੰ ਘਟਾਇਆ ਜਾ ਸਕਦਾ, ਤੁਸੀਂ ਬਹਿ ਕੇ ਗੱਲਬਾਤ ਕਰੋ ਉਹਨਾਂ ਦੇ ਨਾਲ, ਸਾਰੀ ਮਸਲਾ ਹੀ ਹੱਲ ਹੋ ਜਾਂਦਾ ਹੈਗਾ। ਪਰ ਗੱਲ ਨਹੀਂ ਕਰਦੇ, ਹਮੇਸ਼ਾ ਹੀ ਅਸੀਂ ਦਬਾਅ ਪਾਉਂਦੇ ਹਾਂ, ਨਹੀਂ ਗੱਲ ਕਰਦੇ ਘਰੋਂ ਬਾਹਰ ਜਾ ਕੇ, ਨਹੀਂ ਦਬਾਅ ਪਾਉਂਦੇ ਹਾਂ ਵੀ ਮੈਂ ਸਿਆਣਾ ਜੀ ਤੁਸੀਂ ਮੇਰੀ ਗੱਲ ਮੰਨੋ। ਹਾਂਜੀ, ਫਿਰ ਅਸੀਂ ਕਈ ਗੱਲਾਂ ਇੱਦਾਂ ਦੀਆਂ ਹੈਗੀਆਂ ਵੀ ਅਸੀਂ ਆਪਣੇ ਆਪ ਨੂੰ ਪਰਿਵਰਤਨ ਨਹੀਂ ਕਰਨਾ ਚਾਹੁੰਦੇ, ਜਿੱਦਾਂ ਦੇ ਪਹਿਲੇ ਹੈਗੇ ਆ ਚੱਲੇ ਆ ਰਹੇ ਉਹੀ ਅਸੀਂ ਕਰਦੇ ਹਾਂ। ਇਹ ਬਹੁਤ ਵੱਡਾ ਦੇਖੋ ਵਿਸ਼ਾ ਆ ਜਿਹੜਾ ਤੁਸੀਂ ਅੱਜ ਰੱਖਿਆ ਆ, ਬਾਕੀ ਇਹ ਕਦੇ ਨਾ ਮਨ 'ਚ ਸੋਚੋ ਜੀ ਵੀ ਮੈਂ ਹੁਣ ਜਾਣ ਵਾਲਾ ਹੋ ਗਿਆ। ਕਈ ਬੰਦਿਆਂ ਦੀ ਗੱਲ ਸੁਣੋ ਜੀ ਬਸ ਜੀ ਹੁਣ ਤਾਂ ਮੈਂ ਤਾਂ ਜੀ ਬਸ ਮੇਰੀ ਬੱਚੇ ਹੀ ਆ, ਇਹ ਬਿਲਕੁਲ ਗਲਤ ਹੈ। ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਏਜ ਦੇ ਵਿੱਚ ਠੀਕ ਕਰ ਲਿਆ ਤਾਂ ਤੁਸੀਂ ਹੋਰ ਜੀਵੋਗੇ। ਵੱਡੀ ਗੱਲ ਆ ਵੀ ਆਪਣੇ ਆਪ ਨੂੰ ਖੁਸ਼ ਰੱਖੋ। ਜਿਹੜਾ ਬੰਦਾ ਹੈ ਨਾ ਤਣਾਅ 'ਚ ਰਹਿੰਦਾ ਉਹਦਾ ਤਾਂ ਬਲੱਡ ਪ੍ਰੈਸ਼ਰ ਉੱਦਾਂ ਹੀ ਬਹੁਤ ਵਧਿਆ ਰਹਿੰਦਾ। ਤੁਸੀਂ ਇੱਕ ਦੂਸਰੇ ਨਾਲ ਪੋਲਾਈਟ ਰਹੋ, ਗੱਲਬਾਤ ਸੁਣੋ ਔਰ ਚੰਗਾ ਲਿਟਰੇਚਰ ਪੜ੍ਹੋ। ਜਿਹੜੇ ਬੰਦੇ ਹੈ ਨਾ ਆਪਾਂ ਰੁਝਾਵਾਂ ਰੱਖਦੇ ਆ, ਚੰਗਾ ਲਿਟਰੇਚਰ ਪੜ੍ਹਦੇ ਆ, ਜਿਹਨੇ ਸਮਾਜ ਦੇ ਵਿੱਚ ਪਰਿਵਰਤਨ ਲਿਆਂਦਾ, ਉਹ ਹਮੇਸ਼ਾ ਹੀ ਜ਼ਿਆਦਾ ਜੀਂਦੇ ਆ। ਹੁਣ ਮੁਲਕਾਂ ਦੀ ਤੁਸੀਂ ਦੇਖ ਲਓ ਵੀ ਜਿਹੜਾ ਮੁਲਕ ਜਿਹੜੇ ਚੰਗੇ ਮੁਲਕ ਆ, ਕਈ ਮੁਲਕਾਂ ਦੇ ਵਿੱਚ ਜ਼ਿਆਦਾ ਲੋਕ 100 ਸਾਲ ਜੀਂਦੇ ਆ। ਉਹਦੀ ਵਜ੍ਹਾ ਹੈ ਉੱਥੇ ਪੋਲਿਊਸ਼ਨ ਵੀ ਘੱਟ ਆ ਔਰ ਬਾਕੀ ਜਿਹੜੀਆਂ ਕਈ ਬਿਮਾਰੀਆਂ ਸੀ ਆਪ ਪਾਈਆਂ ਹੋਈਆਂ। ਇਸ ਕਰਕੇ ਜਿਹੜੀ ਆਪਣੀ ਸੋਚ ਆ ਉਹ ਸੋਚ ਚੰਗੀ ਹੋਣੀ ਚਾਹੀਦੀ ਆ ਔਰ ਤੰਦਰੁਸਤੀ ਬਾਰੇ ਜੇ ਬੰਦਾ ਪਹਿਲਾਂ ਤੋਂ ਹੀ ਸੋਚਦਾ ਤਾਂ ਉਹ ਠੀਕ ਰਹਿੰਦਾ। ਔਰ ਬਾਕੀ ਜ਼ਿਆਦਾ ਇਹੀ ਨਾ ਉਮੀਦ ਰੱਖੋ ਜੀ ਵੀ ਮੈਨੂੰ ਮਤਲਬ ਮੇਰੇ ਨੌਹਾਂ ਪੁੱਤਰ ਹੀ ਦੇਖਣ, ਵੀ ਜਿੰਨਾ ਕੁ ਤੁਸੀਂ ਕਰ ਸਕਦੇ ਤੁਸੀਂ ਓਨਾ ਕੁ ਤਾਂ ਕਰੋ। ਬਹੁਤ ਮੈਂ ਪ੍ਰੋਗਰਾਮ ਦੀ ਸ਼ਲਾਘਾ ਕਰਦਾ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਥੈਂਕ ਯੂ ਚੌਹਾਨ ਸਾਹਿਬ ਜੀ। ਇਹ 4-5 ਹਫ਼ਤੇ ਇਹਨਾਂ ਦੀ ਆਵਾਜ਼ ਨਹੀਂ ਸੁਣੀ ਤਾਂ ਸਾਨੂੰ ਅਸੀਂ ਮਿਸ ਕੀਤੀ ਇਹਨਾਂ ਦੀ ਆਵਾਜ਼, ਔਰ ਹਮੇਸ਼ਾ ਵਧੀਆ ਵਿਚਾਰ ਲੈ ਕੇ ਆਉਂਦੇ ਆ।
ਡਾਕਟਰ ਸਾਹਿਬ ਮੈਂ ਮਰ ਜਾਵਾਂਗੇ ਵਿੱਚ? ਬਿਲਕੁਲ ਜੀ ਬਿਲਕੁਲ। ਮੈਂ ਇੱਕ ਆਪਣੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਵੀ ਦੇਖਣਾ ਜਿਹੜੇ ਬਜ਼ੁਰਗਾਂ ਨੂੰ ਆਪਾਂ ਕੀ ਸਲਾਹ ਦੇਈਏ, ਉਹ ਸਲਾਹ ਆਪਾਂ ਦੇਣੀ ਆ ਜਿਹੜੀ ਕਿ ਉਹਨਾਂ ਦੇ ਮੰਨਣ ਯੋਗ ਵੀ ਹੋਵੇ। ਆਪਾਂ ਇੱਦਾਂ ਦੀ ਸਲਾਹ ਨਾ ਦਈਏ ਕਿ ਉਹਨਾਂ ਦੇ ਮੰਨਣ ਯੋਗ ਹੀ ਨਾ ਹੋਵੇ, ਉਹ ਕਰ ਹੀ ਨਾ ਸਕਦੇ ਹੋਣ, ਉਸ ਸਲਾਹ ਦਾ ਕੋਈ ਫਾਇਦਾ ਨਹੀਂ ਹੁੰਦਾ। ਅਤੇ ਚਲੋ ਇਹ ਮੈਂ ਇੱਕ ਮੇਰੀ ਕਵਿਤਾ ਲਿਖੀ ਆ, ਇਹ ਹੈ ਤਕਾਜ਼ਾ ਉਮਰਾਂ ਦਾ ਇਹ ਵਕਤ ਥਿਉਣਾ ਹੀ ਥਿਉਣਾ, ਇਹ ਹੈ ਤਕਾਜ਼ਾ ਉਮਰਾਂ ਦਾ ਇਹ ਵਕਤ ਥਿਉਣਾ ਹੀ ਥਿਉਣਾ, ਲੱਖ ਕੋਸ਼ਿਸ਼ ਕਰ ਲੱਖ ਕੋਸ਼ਿਸ਼ ਕਰ ਸੱਜਣਾ, ਬੁਢਾਪਾ ਆਉਣਾ ਹੀ ਆਉਣਾ। ਇਹ ਜੀਵਨ ਦਾ ਸੱਚ ਬੰਦਿਆ, ਇਹ ਕਦੇ ਕਰੇ ਨਾ ਪੱਖ ਬੰਦਿਆ, ਜਵਾਨੀ ਨੇ ਆ ਕੇ ਟੁੱਟ ਜਾਣਾ, ਭਾਵੇਂ ਲੱਖ ਸਾਂਭ ਕੇ ਰੱਖ ਬੰਦਿਆ। ਬੁਢਾਪਾ ਆ ਕੇ, ਬੁਢਾਪਾ ਤਾਂ ਆ ਕੇ ਜਾਂਦਾ ਨਹੀਂ, ਇਸ ਡੇਰਾ ਲਾਉਣਾ ਹੀ ਲਾਉਣਾ, ਲੱਖ ਕੋਸ਼ਿਸ਼ ਕਰ ਬੰਦਿਆ, ਬੁਢਾਪਾ ਆਉਣਾ ਹੀ ਆਉਣਾ। ਬਚਪਨ 'ਤੇ ਭਾਰੂ ਜਵਾਨੀ ਹੈ, ਬੁਢਾਪੇ 'ਤੇ ਬਚਪਨ 'ਤੇ ਭਾਰੂ ਜਵਾਨੀ ਹੈ, ਬੁਢਾਪੇ 'ਤੇ ਭਾਰੂ ਕੌਣ ਭਲਾ, ਮੌਤ ਨਾਲ ਸਾਥ ਬੁਢਾਪੇ ਦਾ, ਮੌਤ ਤੋਂ ਪਰੇ ਕੌਣ ਭਲਾ, ਬੁਢਾਪੇ ਤੋਂ ਬਚਿਆ ਨਹੀਂ ਜਾਣਾ, ਇਸ ਵਕਤ ਨੇ ਆਖਰ ਢਾਉਣਾ ਹੀ ਢਾਉਣਾ, ਲੱਖ ਕੋਸ਼ਿਸ਼ ਕਰ ਬੰਦਿਆ, ਬੁਢਾਪਾ ਆਉਣਾ ਹੀ ਆਉਣਾ। ਮੁਹੱਬਤ ਪਾ ਕੇ ਰੱਖ ਸੱਜਣਾ, ਆਵੇਗੀ ਕੰਮ ਬੁਢਾਪੇ ਵਿੱਚ, ਮੁਹੱਬਤ ਪਾ ਕੇ ਰੱਖ ਸੱਜਣਾ, ਆਵੇਗੀ ਕੰਮ ਬੁਢਾਪੇ ਵਿੱਚ, ਥੋੜ੍ਹੀ ਸਬਰ ਸੰਤੋਖ ਸਾਂਭ ਲੈ, ਦੇਵੇਗੀ ਸਾਥ ਬੁਢਾਪੇ ਵਿੱਚ। ਦਿਨ ਕਦੀ ਇੱਕੋ ਜਿਹੇ ਨਹੀਂ ਰਹਿੰਦੇ, ਬਦਲਨੇ ਆਉਣਾ ਹੀ ਆਉਣਾ, ਲੱਖ ਕੋਸ਼ਿਸ਼ ਕਰ ਬੰਦਿਆ, ਬੁਢਾਪਾ ਆਉਣਾ ਹੀ ਆਉਣਾ। ਮੇਰੀ ਮਨ ਕਸਰਤ ਛੱਡੀ ਨਾ ਅਤੇ ਗੁੱਸੇ 'ਤੇ ਪਾ ਕਾਬੂ, ਮੇਰੀ ਮਨ ਕਸਰਤ ਛੱਡੀ ਨਾ ਅਤੇ ਬੁਢਾਪੇ 'ਤੇ ਪਾ ਕਾਬੂ, ਰਹਿ ਬਚ ਕੇ ਨਸ਼ਿਆਂ ਤੋਂ, ਸ਼ਾਇਦ ਬੁਢਾਪੇ 'ਚ ਕੰਮ ਆ ਜਾਊ। ਮੇਰੀ ਮਨ ਕਸਰਤ ਛੱਡੀ ਨਾ ਪਰ ਗੁੱਸੇ 'ਤੇ ਪਾ ਕਾਬੂ, ਰਹਿ ਬਚ ਕੇ ਨਸ਼ਿਆਂ ਤੋਂ, ਸ਼ਾਇਦ ਇਹ ਬੁਢਾਪੇ 'ਚ ਕੰਮ ਆ ਜਾਊ। ਧਰਮ ਇਹ ਭਾਵੇਂ ਲੇਟ ਹੋਵੇ ਪਰ ਬੁਢਾਪਾ ਫਿਰ ਵੀ ਆਉਣਾ ਹੀ ਆਉਣਾ, ਇਹ ਹੈ ਤਕਾਜ਼ਾ ਉਮਰਾਂ ਦਾ, ਇਸ ਵਕਤ ਨੇ ਥਿਉਣਾ ਹੀ ਥਿਉਣਾ, ਲੱਖ ਕੋਸ਼ਿਸ਼ ਕਰ ਬੰਦਿਆ, ਬੁਢਾਪਾ ਆਉਣਾ ਹੀ ਆਉਣਾ। 15-16 ਮਿੰਟ ਸਾਡੇ ਕੋਲ ਰਹਿ ਗਏ, ਆਪਾਂ ਥੋੜ੍ਹੀ ਜਿਹੀ ਇਸ ਐਂਗਲ ਵੱਲ ਨੂੰ ਗੱਲ ਲੈ ਕੇ ਚੱਲੀਏ ਕਿ ਬਈ ਅਸਲ ਕਾਲਜ ਸਵਾਗਤ ਜੀ, ਕਾਲਜ ਕਿੱਥੋਂ ਬੋਲਦੇ? ਵੈਲਕਮ ਤੁਹਾਡਾ ਜੀ। ਹੈਲੋ ਹੈਲੋ ਹੈਲੋ, ਵੈਲਕਮ ਜੀ, ਕੀ ਕਹਿਣਾ ਚਾਹੋਗੇ? ਹਾਂ, ਮੈਂ ਖੁਸ਼ੀ ਰਾਮ ਬੋਲ ਰਿਹਾ। ਖੁਸ਼ੀ ਰਾਮ ਜੀ, ਹਾਂਜੀ, ਹਾਂ, ਕਿਆ ਕਹਿਣਾ, ਹਮੇਸ਼ਾ ਬੜੀਆ ਸੇ ਬੜੀਆ ਸਬਜੈਕਟ ਆਪ ਲੈ ਕੇ ਆਤੇ ਹੋ, ਬਹੁਤ ਆਜ ਕਾ ਸਬਜੈਕਟ ਬਹੁਤ ਹੀ ਰੇਲੇਵੈਂਟ ਹੈ, ਕਿਉਂਕਿ ਹਰ ਇੱਕ ਕੇ ਉੱਪਰ ਬੁਢਾਪਾ ਆਉਣਾ ਹੈ, ਔਰ ਇਸ ਲਈ ਹਮੇ ਉਸਕੇ ਲਈ ਤਿਆਰ ਰਹਿਣਾ ਚਾਹੀਏ, ਹਮੇ ਸਿੱਖਣਾ ਚਾਹੀਏ ਕਿ ਹਮੇ ਆਪਣੇ ਆਪ ਕੋ ਬੁਢਾਪੇ ਮੇ ਕੈਸੇ ਕੰਡਕਟ ਕਰਨਾ ਹੈ। ਮੇਰੇ ਮੇ ਹਿੰਮਤ ਨਹੀਂ ਹੈ ਜ਼ਿਆਦਾ ਬੋਲਨੇ ਕੀ, ਲੇਕਿਨ ਚੂੰਕਿ ਮੇਰਾ ਆਪਣਾ ਤਜਰਬਾ ਹੈ ਤੋ ਮੈਂ ਆਪਕੇ ਸਾਥ ਜ਼ਰੂਰ ਥੋੜ੍ਹਾ ਬਹੁਤ ਸ਼ੇਅਰ ਕਰਨਾ ਚਾਹੂੰਗਾ। ਮੇਰੇ ਖਿਆਲ ਮੇ ਯੇ ਪਹਿਲੀ ਬਾਤ ਯੇ ਹੈ ਕਿ ਹਾਲਾਤ ਪਰ ਡਿਪੈਂਡ ਕਰਤਾ ਹੈ, ਆਪ ਕਿਸ ਤਰ੍ਹਾਂ ਕੀ ਫੈਮਿਲੀ ਮੇ ਪੈਦਾ ਹੋਏ ਜਾਂ ਜਵਾਨ ਹੋਏ ਜਾਂ ਇਸ ਵਕਤ ਬੁਢਾਪੇ ਮੇ ਸੇ ਗੁਜ਼ਰ ਰਹੇ ਹੈ, ਉਸਕਾ ਕਲਚਰ ਕੈਸਾ ਹੈ, ਆਪ
यहां की बात नहीं है, मैं सिर्फ भारत की बात भी करता हूं। आपने देखा होगा कि जो लोग अपनी मेहनत पर डिपेंड करते हैं, हाथों की कमाई पर डिपेंड करते हैं, जिनमें फिजिकल जो एनर्जी है या फिजिकल पावर है उसकी ज्यादा जरूरत है, वहां पर बुजुर्ग लोगों की उतनी इज्जत नहीं होती, क्योंकि वो उतनी कमाई में हिस्सा नहीं पा सकते या उनका खास तजुर्बा भी नहीं होता। लेकिन जो लोग यूनो अच्छे प्रोफेशन में है, गवर्नमेंट सर्वेंट रहे हैं या डॉक्टर रहे हैं या वकील रहे हैं, जिस वक्त वो बूढ़े होते हैं तो भी उनकी बहुत वैल्यू रहती है, क्योंकि उनका एक्सपीरियंस जो होता है उनके बच्चों के बहुत काम आता है, और वो जो के दिमागी काम उनका होता है इसलिए उनकी इज्जत होती है। ये पहली बात मैं ये कहना चाहता हूँ, मच डिपेंड्स अपॉन इन व्हाट टाइप ऑफ फैमिली यू आर बॉर्न। और मैं अपनी मैं बात करना चाहता हूँ, और मैं लेकिन सवाल तो ये है कि आदमी जो खुद बूढ़ा हो रहा है उसको अपने आप को कैसे कंडक्ट करना चाहिए, ये बहुत ज्यादा जरूरी है। और मेरे ख्याल में हर एक आदमी को तो पहले इसके मतलब थोड़ा बहुत जरूर स्टडी जरूर करनी चाहिए, इसके मतलब जो किताबें अवेलेबल हैं या आर्टिकल वगैरह आते हैं उससे सीखना चाहिए, क्योंकि तजुर्बे के बाद तो फिर बात ही बिगड़ गई ना। तजुर्बा पहले ही होना चाहिए, दूसरों के तजुर्बे से आपको सीखना चाहिए। तो मेरा विचार कि जैसे जैसे आदमी बूढ़ा हो रहा है किसी भी हालात में हो, उसे ये सोचना चाहिए कि अब मेरा वक्त गुजर गया है, मुझे अपना जिंदगी को अपनी को कायम रखना है, और लेकिन मेरे को ज्यादा दूसरों के साथ इंटरफियर करने की ज्यादा जरूरत नहीं है। दुनिया जो है, बच्चे जो है, वो हमारे से ज्यादा उनको लियाकत है और उनकी उनका समझ है, वो अपना लुक आफ्टर करेंगे, हम उनका ज्यादा फिक्र नहीं करना चाहिए। और दूसरी बात ये है कि पैसे का तो बिल्कुल ही फिक्र नहीं करना चाहिए। जो आपके पास पैसा है, अगर आपके पास कमाई है रखी हुई है, तो उसको आप अपने लिए खूब खर्च करो, अपने सेहत के लिए, अपने आराम के लिए खूब खर्च करो, उसको बच्चों के लिए छोड़ने की मत कोशिश करो, क्योंकि बच्चे खुद अपना लुक आफ्टर करेंगे। और दूसरी बात ये है कि बच्चों की खास करके अपने जो पोते पलोते होते हैं उनका सोच में तो बहुत ज्यादा फर्क आ जाता है। हो सकता है कि आपका अपना लड़का है तो आपकी बात वो सुने, आप उसके साथ बात भी कर सकते हैं उस, लेकिन बल्कि मैं तो ये कहूंगा कि जब उसकी शादी हो जाती है तो वो भी अपने आप को आपसे थोड़ा अलग हो जाता है, उसको भी अपना वाइफ को लुक आफ्टर करना है, उसकी भी खुशी देखनी है उसने, तो उसको ये देखना चाहिए कि मेरा रोल बहुत कम हो गया है और मुझे तो अपनी जान को ही कायम रखना है, और सबसे ज्यादा है वो हेल्थ का तो इतना ज्यादा ख्याल रखना चाहिए खाने पीने में और दवा दारू में और थोड़ी बहुत एक्सरसाइज जो भी आदमी कर सकता है उसमें। तो ये बातें हैं, ये मेरे ख्याल में उसको ये देखना चाहिए कि मेरा रोल अब खत्म हो गया है और मेरे को ज्यादा फिक्र नहीं करना चाहिए। बच्चों का फिक्र और हमारे लिए तो ये बड़ी भारी मुसीबत है कि हमारा जो लगाव है वो बहुत ज्यादा है अपने, लेकिन मेरे ख्याल में अब हालात जो है बदल रहे हैं, इंडिविजुअलिज्म का ज्यादा जोर आ रहा है, इंडिपेंडेंस हर कोई चाहता है, प्राइवेसी हर कोई चाहता है, इसलिए हमें ये बहुत विचार से अपनी जिंदगी को व्यतीत करना चाहिए। और
اور دوسری بات یہ ہے کہ اپنے دوسروں کے ساتھ کمپیئر مت کرو، کئی آپ سے نیچے درجے کے ہیں، کئی ہائر لائف بتیت کر رہے ہیں، جیسے آپ کے حالات ہیں اس کے مطابق اپنے آپ کو ڈھالنے کی کوشش کرو. ہاں یہ بات ضرور ہے کہ اپنے کنڈکٹ سے دوسروں کی خوشی میں جو آپ ایڈ کر سکتے ہیں وہ کرنے کی کوشش کرو، دوسروں کی مصیبت کا کارن آپ نہ بنو. یہ میری آپ کو بہت زیادہ میرے کو آپ کے لیے، میں آپ اپنے تجربے کے بیس پر یہ کہہ سکتا ہوں کہ جتنا آپ ڈیٹیچ کرو گے اپنے آپ کو، اپنی فیملی سے بھی، اپنی دنیا سے بھی، آپ اچھے رہو گے. لیکن ایک بات ضرور ہے کہ آپ کے فرینڈ ضرور ہونے چاہیے جن کے ساتھ آپ دن میں دو تین بندوں سے کم از کم ضرور بات کر سکو، جس میں جو خوشی کا موقع ہے ہنس بھی سکو، آپ ان کے ساتھ مخول بھی کر سکو، یہ آپ کو یہ ہونا چاہیے. اور دوسری بات یہ ہے کہ آپ پڑھے لکھے ہیں اور آپ میں ابھی تک نگاہ کی اتنی طاقت ہے کہ آپ کتاب پڑھ سکتے ہیں، تو کتابیں ضرور پڑھو. آج کل بہت بڑھیا لٹریچر آ رہا ہے، بڑی بہت اچھی اچھی خیالات آ رہے ہیں، ڈسکوریز کی باتیں ہو رہی ہیں جو کہ آپ انجوائے کر سکتے ہیں، جیسے ایسٹرونومی وغیرہ کی ڈسکوریز ہے، سب ایٹمک لیول کا سائنس کی باتیں ہیں، وہ آدمی جب دیکھتا پڑھتا ہے تو حیران ہو جاتا ہے. یہ عمر کا اس میں کوئی خیال نہیں ہونا چاہیے، لرننگ ہر وقت آپ کو آپ کے اویلیبل ہونی چاہیے، اور آپ کی کیپیسٹی بھی ہونی چاہیے کہ آپ کچھ نہ کچھ لرن کرتے رہو، انجوائے کرنے کی کوشش کرو. لائف جو ہے بہت شارٹ ہے، اور یہ نہ ہم نے پیچھے کچھ دیکھا ہے نہ آگے کچھ دیکھا ہے، یہی لائف ہے، اس کو جتنا بھی ہو سکے پرلونگ کرنے کی کوشش کرو اور انجوائے کرنے کی کوشش کرو، اور انجوائمنٹ میں دوسروں کو شریک کرنے کی کوشش کرو. یہ میری آپ کو ایڈوائس ہے. تھینک یو ویری مچ جناب. خوشی رام جی، تھوڑی آواز سن کے بہت بڑھیا لگا. ساڈے سینئر خوشی رام جی وینکوور تو انہوں نے شرکت کی اج دے اس پروگرام وچ، اسی بہت خوش ہیں انہوں کے آواز سن کے، کیونکہ وہ سیانے بزرگ ہیں، پھر بھی اینی انرجی انہوں وچ ہے. سلاح دے گئے بہت بڑھیا، انہوں نے گلا کیتیا. اپنے کو سات آٹھ منٹ رہ گئے، اپنے دے وچ اپاں ہولی ہولی سم اپ کردے ہاں. جڑے سیانے بندے، دیکھو ایک لفظ ہے کمپرومائز، بہت ضروری ہے. ਸਵਾਗਤ ਹੈ ਜੀ, ਕੌਣ ਕਿੱਥੋਂ ਬੋਲਦੇ? ਵੈਲਕਮ ਤੁਹਾਡਾ. ਹੈਲੋ ਜੀ ਡਾਕਟਰ ਸਾਹਿਬ ਤੇ ਮਹੇਸ਼ ਸਾਹਿਬ, ਮਾਨ ਸਾਹਿਬ, ਜੈ ਭੀਮ ਜੈ ਜਾਪ ਜੈ ਭਾਰਤੀ ਜੀ, ਕੀ ਹਾਲ ਚਾਲ? ਜੈ ਭੀਮ ਜੈ ਭਾਰਤ. ਤੁਸੀਂ ਅੱਜ ਜਿਹੜਾ ਮੁੱਦਾ ਲੈ ਕੇ ਆਏ ਹੋ, ਤੁਹਾਨੂੰ ਕਿੱਦਾਂ ਪੈਸਾ ਹੈ ਕਿ ਅਸੀਂ ਬੁਰੇ ਹੋ ਗਏ ਹੋ? ਥੋੜ੍ਹੀ ਥੋੜ੍ਹੀ ਮਹਿਸੂਸ ਤਾਂ ਹੋਣ ਲੱਗ ਪਈ ਥੋੜ੍ਹੀ ਬਹੁਤ. ਹਾਂ ਜੀ, ਜਦੋਂ ਇਨਸਾਨ ਜਨਮ ਲੈਂਦਾ ਨਾ, ਆਪਣੀ ਮਰਜ਼ੀ ਨਾਲ ਜਨਮ ਲੈ ਸਕਦਾ ਜੀ, ਲੇਕਿਨ ਮੇਰਾ ਕਹਿਣ ਦਾ ਮਤਲਬ ਆਪਣੀ ਮਰਜ਼ੀ ਨਾਲ ਜਨਮ ਨਹੀਂ ਲੈ ਸਕਦਾ. ਆਪਣੇ ਜਿਹੜੇ ਮਾਂ ਬਾਪ ਉਹ ਆਪ ਸਿਲੈਕਟ ਨਹੀਂ ਕਰ ਸਕਦਾ, ਦੁਨੀਆ ਦੀ ਸਾਰੀ ਚੀਜ਼ ਆਪ ਸਿਲੈਕਟ ਕਰ ਸਕਦਾ. ਅਤੇ ਦੂਸਰੀ ਗੱਲ ਹੈ ਕਿ ਇਨਸਾਨ ਨੂੰ ਅਗਰ ਤੁਸੀਂ ਦੋ ਗੱਡੀਆਂ ਇੱਕੋ ਹੀ ਕੰਪਨੀ ਤੋਂ ਘਟਾ ਲਓ, ਤਾਂ ਇੱਕ ਗੱਡੀ ਜਿਹੜੀ ਜਲਦੀ ਖਰਾਬ ਹੋ ਜਾਏਗੀ, ਦੂਸਰੀ ਗੱਡੀ ਜਿਹੜੀ ਉਹ ਦੇਰ ਚੱਲਦੀ ਰਹੇਗੀ. ਉਹਦਾ ਮਤਲਬ ਇਹ ਹੈ ਕਿ ਜਿਹੜਾ ਇੱਕ ਗੱਡੀ ਵਾਲਾ ਗੱਡੀ ਆ, ਉਹਦਾ ਹਰ ਤਰ੍ਹਾਂ ਦਾ ਖਿਆਲ ਰੱਖਿਆ ਗਿਆ, ਅਤੇ ਦੇਸੀ ਗੱਡੀ ਦਾ ਉਹਦਾ ਹਰ ਵੇਲੇ ਉਹ ਚੰਗੀ ਤਰ੍ਹਾਂ ਖਿਆਲ ਨਹੀਂ ਰੱਖਿਆ, ਕਿਉਂਕਿ ਆਦਮੀ ਦੀ ਬੋਡੀ ਵੀ ਇੱਦਾਂ ਦੀ ਆ, ਇਹਦੇ 'ਚ ਕਿਹੜੀ ਚੀਜ਼ ਕਿਹੜੇ ਵੇਲੇ ਪਾਉਣੀ ਆ, ਕਿਹੜੀ ਵੀ ਚੀਜ਼ ਖਾਣੀ ਆ, ਉਹ ਇਹਦੇ 'ਤੇ ਆਪਣੇ 'ਤੇ ਡਿਪੈਂਡ ਜ਼ਿਆਦਾ ਕਰਦਾ ਹੈਗਾ. ਅਤੇ ਦੂਸਰੀ ਗੱਲ ਹੈਗੀ ਆ ਕਿ ਬੱਚਿਆਂ ਨੂੰ ਵੀ ਸੁਣਨਾ ਚਾਹੀਦਾ,
ਮਾਂ ਬਾਪ ਦੀ ਗੱਲ ਜਿਹੜੀ ਆ ਜਦੋਂ ਸਿਆਣੇ ਹੋ ਜਾਣ, ਅਤੇ ਜਿਹੜੇ ਸਿਆਣੇ ਆ ਉਹਨਾਂ ਨੂੰ ਬੱਚਿਆਂ ਦੀ ਵੀ ਗੱਲ ਸੁਣਨੀ ਚਾਹੀਦੀ ਆ। ਦੂਸਰੀ ਗੱਲ ਹੈ ਕਿ ਮੈਂ ਕਹਿਣ ਲੱਗਾ ਨਾ, ਇੱਕ ਬੁੱਢਾ ਜਿੱਦਾਂ ਅਸੀਂ ਹੋ ਗਏ ਹੁਣ ਸਿਆਣੇ, ਅਤੇ ਉਹ ਸਿਆਣਾ ਹੋ ਗਿਆ ਅਤੇ ਉਹ ਬਿਮਾਰ ਹੋ ਗਿਆ ਥੋੜ੍ਹਾ ਜਿਹਾ, ਅਤੇ ਉਹ ਕੋਈ ਆਦਮੀ ਖਬਰਸਾਰ ਨੂੰ ਆ ਕੇ ਬੈਠ ਗਏ, ਕੋਈ ਕਹਿੰਦਾ ਵੀ ਇਹਨੂੰ ਕਾੜਾ ਬਣਾ ਕੇ ਦਿਓ, ਕੋਈ ਕਹਿੰਦਾ ਇਹਨੂੰ ਦੇਸੀ ਘੇ ਦਾ ਕੜਾਹ ਬਣਾ ਕੇ ਦਿਓ। ਇੱਕ ਬੰਦਾ ਆਇਆ, ਉਹ ਕਹਿਣ ਲੱਗਾ ਇਹਨੂੰ ਦੇਸੀ ਕੁੱਕੜ ਬਿਨਾਂ ਬਾਂਗ ਤੋਂ ਅਤੇ ਨਾਲ ਰੰਬ ਲਿਆ ਕੇ ਦਿਓ। ਉਹ ਸਾਰੇ ਬੈਠੇ ਆਪਣੀਆਂ ਗੱਲਾਂ ਕਰਦੇ, ਤਾਂ ਭਾਈਆ ਕਹਿਣ ਲੱਗਾ ਸਾਰੇ ਆਪਣੀਆਂ ਗੱਲਾਂ ਮਾਰੀ ਜਾਂਦੇ, ਉਹ ਜਿਹੜਾ ਭਾਈ ਕਹਿੰਦਾ ਨਾ ਉਹਦੀ ਗੱਲ ਕਿਸੇ ਨਹੀਂ ਸੁਣੀ। ਉਹ ਗੱਲ ਇਹ ਹੈਗੀ ਹੈ ਕਿ ਬੱਚਿਆਂ ਨੂੰ ਵੀ ਸੁਣਨੀ ਚਾਹੀਦੀ ਵੀ ਮਾਂ ਬਾਪ ਨੂੰ ਕੀ ਚਾਹੀਦਾ, ਅਤੇ ਬਾਕੀ ਤੁਹਾਡਾ ਸਬਜੈਕਟ ਬਹੁਤ ਵਧੀਆ। ਬਾਕੀ ਥੈਂਕ ਯੂ ਜੈ ਭੀਮ, ਜੈ ਭਾਰਤ ਜੀ, ਜੈ ਭੀਮ, ਜੈ ਭਾਰਤ ਜੀ। ਕੁਛ ਗੱਲਾਂ ਆਪਾਂ ਆਖਰ 'ਚ ਕਰਨੀਆਂ। ਮਾਨ ਸਾਹਿਬ ਤੁਹਾਡਾ ਬਹੁਤ ਥੈਂਕ ਯੂ। ਇੱਕ ਗੱਲ ਜਿਹੜੀ ਮੈਂ ਕਰਨੀ ਸੀ ਉਹ ਕਰ ਗਿਆ ਕਿ ਆਪਣੇ ਆਪ 'ਚ ਅਹਿਸਾਸ ਕਰਨਾ ਬਹੁਤ ਜ਼ਰੂਰੀ ਆ ਕਿ ਮੈਂ ਹੁਣ ਮੇਰੀ ਉਮਰ ਜਿਹੜੀ ਸਿਆਣੀ ਹੋਈ, ਮੈਨੂੰ ਪ੍ਰੋਬਲਮ ਹੋ ਸਕਦੀ ਹੈ। ਥੋੜ੍ਹਾ ਬਹੁਤ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਵੀ ਥੋੜ੍ਹੀ ਐਫਰਟ ਪਾ ਕੇ ਦੇਖਣਾ ਚਾਹੀਦਾ ਕਿ ਸਾਡਾ ਮਾਪਾ ਹੈ ਉਹਨੂੰ ਸਾਡੀ ਲੋੜ ਹੋ ਸਕਦੀ ਹੈ, ਬੇਸ਼ੱਕ ਜਿੰਨਾ ਮਰਜ਼ੀ ਐਕਟਿਵ ਹੋਵੇ। ਦੂਸਰੀ ਗੱਲ ਆ ਕਿ ਜਿਹੜੀ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੈ ਉਹਨੂੰ ਘੱਟ ਨਾ ਕਰੋ, ਕਿਉਂਕਿ ਆਪਾਂ ਕਈ ਵਾਰੀ ਕਹਿੰਦੇ ਯਾਰ ਮੇਰੇ ਗੋਡੇ ਤੋਂ ਕਿ ਤੁਰ ਨਹੀਂ ਹੁੰਦਾ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਤੁਰ ਉਦੋਂ ਨਹੀਂ ਹੁੰਦਾ ਜਦੋਂ ਤੁਸੀਂ ਤੁਰਨਾ ਨਹੀਂ। ਜਦੋਂ ਤੁਰੋਗੇ ਅੱਜ ਇੱਕ ਸਟੈਪ, ਕੱਲ੍ਹ ਨੂੰ ਦੋ ਸਟੈਪ, ਪਰਸੋਂ ਤਿੰਨ ਸਟੈਪ ਤੁਸੀਂ ਤੁਰ ਪਾਓਗੇ, ਅਤੇ ਜਿਹੜੀ ਆਪਣੀ ਐਫਰਟ ਹੈਗੀ, ਜਿਹੜੀ ਆਪਣੀ ਕੋਸ਼ਿਸ਼ ਹੈ ਉਹਨੂੰ ਘੱਟ ਨਹੀਂ ਕਰਨਾ ਚਾਹੀਦਾ, ਉਹ ਬਰਕਰਾਰ ਰਹਿਣੀ ਚਾਹੀਦੀ ਹੈ। ਹੈਲੋ ਜੀ, ਸਵਾਗਤ ਹੈ, ਕੌਣ ਕਿੱਥੋਂ ਬੋਲਦੇ? ਸ਼ੋਰ ਕਰਿਓ। ਡਾਕਟਰ ਸਾਹਿਬ, ਮੈਂ ਬੜੇ ਭਾਈ ਜੀ ਜਗਦੀਸ਼ ਸਿੰਘ ਬੋਲਦਾ ਗਲਾਸਗੋ ਤੋਂ। ਹਾਂਜੀ, ਵੈਲਕਮ ਜੀ ਜਗਦੀਸ਼ ਜੀ। ਹਾਂਜੀ, ਇੱਕ ਅੱਧਾ ਮਿੰਟ ਹੀ ਰਹਿੰਦਾ, ਮੈਂ ਜਲਦੀ ਜਲਦੀ ਖਤਮ ਕਰਾਂ। ਜਿਹਦੇ ਕਾ ਅਗਰ ਅੰਦਾਜ਼ ਆਏ ਤੋ ਕਿਤਨੀ ਹਸੀ ਹੈ ਜੀ ਜ਼ਿੰਦਗੀ, ਮਰਨੇ ਕੇ ਲੀਏ ਜੀਣਾ ਹੈ ਅਗਰ ਤੋ ਕੁਛ ਵੀ ਨਹੀਂ ਹੈ ਜੀ ਜ਼ਿੰਦਗੀ। ਬਸ ਸਿੱਕੇ ਨੂੰ ਦੂਸਰੇ ਪਾਸੇ ਉਲਟਾ ਲਓ ਔਰ ਪੋਜ਼ਿਟਿਵ ਸੋਚੋ। ਮੰਜ਼ਿਲ ਦੀ ਜਦੋ ਜਹਿਦ ਕਰਦਿਆਂ ਕਰਦਿਆਂ ਉਸ ਦੀ ਫਿਕਰ ਵਿੱਚ ਅਸੀਂ ਰਸਤੇ ਨੂੰ ਇੰਜੋਏ ਕਰਨਾ ਭੁੱਲ ਜਾਂਦੇ ਹਾਂ। ਖਾਸ ਕਰਕੇ ਅਸੀਂ ਲੋਕ ਜਿਹੜੇ ਭਾਰਤ ਤੋਂ ਆਏ ਹਾਂ ਅਤੇ ਇੱਥੇ ਆ ਕੇ ਵਸੇ ਹਾਂ, ਸਾਡੇ ਲਈ ਸਟਰਗਲ ਥੋੜ੍ਹੀ ਜਿਹੀ ਹੋਰ ਵੀ ਜ਼ਿਆਦਾ ਮੁਸ਼ਕਿਲ ਸੀ, ਸਕਰੈਚ ਤੋਂ ਸਟਾਰਟ ਕਰਨਾ ਹੁੰਦਾ। ਪਰ ਜੇ ਆਪਾਂ ਇਹਨੂੰ ਪੋਜ਼ਿਟਿਵਲੀ ਦੇਖੀਏ ਨਾ, ਵੀ ਜਿੰਨਾ ਅਸੀਂ ਪਿੱਛੇ ਅਚੀਵ ਕਰ ਚੁੱਕੇ ਹਾਂ ਅਤੇ ਹੁਣ ਅਚੀਵ ਕਰਨ ਲਈ, ਹੁਣ ਇਸ ਵੇਲੇ ਆਪਾਂ ਪਿੱਛੇ ਮੁੜ ਕੇ, ਸਾਡੇ ਕੋਲ ਸਵੀਟ ਮੈਮਰੀ ਹੈ, ਅਸੀਂ ਕੋਈ ਇਹੋ ਜਿਹੇ ਕੰਮ ਨਹੀਂ ਕੀਤੇ ਹੈਗੇ ਵੀ ਅਸੀਂ ਪਛਤਾਈਏ ਵੀ ਸਾਰੀ ਉਮਰ ਅਸੀਂ ਐਵੇਂ ਹੀ ਗੁਆ ਤੀ। ਅਸੀਂ ਥੋੜ੍ਹਾ ਬਹੁਤ ਰੱਬ ਦਾ ਨਾਮ ਵੀ ਲਿਆ, ਥੋੜ੍ਹਾ ਬਹੁਤ ਕਬੀਰਦਾਰੀਆਂ ਵੀ ਕੀਤੀਆਂ, ਥੋੜ੍ਹਾ ਬਹੁਤ ਆਪਣੇ ਬੱਚਿਆਂ ਨੂੰ ਵੀ ਪਾਲਿਆ ਪਲੋਸਿਆ, ਉਹਨਾਂ ਨੂੰ ਵੱਧ ਤੋਂ ਵੱਧ ਚੰਗੇ ਸੰਸਕਾਰ ਦੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਰ ਕਦਮ 'ਤੇ ਸੋਚੀਏ ਕਿ ਮੈਂ ਜ਼ਿੰਦਗੀ ਨੂੰ ਚੋਇਸ ਨਾਲ ਜੀ ਰਿਹਾ, ਇਹ ਕੰਪਰੋਮਾਈਜ਼ ਨਹੀਂ ਹੈ। ਅਤੇ ਆਖਰੀ ਪੜਾਓ ਦਾ ਜਿਹੜਾ ਹੈ ਨਾ, ਜ਼ਿੰਦਗੀ ਦਾ ਆਖਰੀ ਪੜਾਓ ਬੁਢਾਪਾ ਹੈਗਾ, ਉਹ ਇੱਕ ਬਹੁਤ ਖੂਬਸੂਰਤ ਮੰਜ਼ਿਲ ਹੈ ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਦੇਖੋ ਔਰ ਪਿੱਛੇ ਮੁੜ ਕੇ ਦੇਖੋ ਕਿ ਇਹ ਨਾ ਸੋਚੋ ਮੈਂ ਉਹਨੂੰ ਐਂ ਕਰਨਾ ਤਾਂ ਆਹ ਹੋ ਜਾਣਾ ਸੀਗਾ, ਇਹ ਦੇਖੋ ਜਿਹੜਾ ਹੋ ਗਿਆ ਨਾ ਉਹ ਰੱਬ ਦਾ ਭਾਣਾ ਮੰਨੋ, ਔਰ ਹਜ਼ਾਰਾਂ ਲੱਖਾਂ ਕਰੋੜਾਂ ਤੋਂ ਜ਼ਿਆਦਾ ਅਸੀਂ ਚੰਗੇ ਹਾਂ। ਔਰ ਵਾਰ ਵਾਰ ਇਹ ਨਾ ਸੁਣਾਈ ਜਾਓ ਬੱਚਿਆਂ ਨੂੰ ਤਾਂ ਅਸੀਂ ਜ਼ਮਾਨੇ 'ਚ ਐਂ ਕਰਦੇ ਹੁੰਦੇ ਸੀ, ਉਹ ਕਰਦੇ, ਉਹ ਬੀਤ ਗਿਆ, ਉਦੋਂ ਉਹ ਠੀਕ ਸੀਗਾ, ਹੁਣ ਜਿਹੜਾ ਇਹ ਕਰਦੇ ਆ ਇਹ ਅਗਰ ਸਾਡੇ ਵਰਗੇ ਹੋ ਜਾਣਗੇ ਨਾ ਬੱਚੇ ਅਤੇ ਇਹ ਭਾਈ ਸਾਹਿਬ ਜੀ, ਇਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਣਗੇ, ਆਪਣੇ ਜੀਵਨ 'ਚ ਸਫਲ ਨਹੀਂ ਹੋ ਸਕਣਗੇ, ਕਿਉਂਕਿ ਜ਼ਮਾਨਾ ਬਦਲ ਗਿਆ, ਉਹ ਆਪਣੇ ਹਿਸਾਬ ਨਾਲ ਜੀ ਰਹੇ ਆ, ਅਤੇ ਠੀਕ ਹੈ ਉਹਨਾਂ ਨੂੰ ਜਿਉਂ ਜਾਣ ਦਿਓ ਔਰ ਨਾਲ ਦੀ ਨਾਲ ਤੁਸੀਂ ਵੀ ਆਪਣੇ ਹਿਸਾਬ ਨਾਲ ਜੀਓ, ਉਹਨਾਂ ਨੂੰ ਦੇਖ ਕੇ ਖੁਸ਼ ਹੋਵੋ, ਅਤੇ ਹਮੇਸ਼ਾ ਜਿਹੜਾ ਨਾ ਇਹ
ਸੋਚ ਦਾ ਸਫ਼ਰ ਸਾਂਝੀਆਂ ਵਿਚਾਰਾਂ ਇਹਨਾਂ ਨੂੰ ਸੁਣਦੇ ਰਹੋ ਅਤੇ ਜ਼ਿੰਦਗੀ ਤੁਹਾਡੀ ਭਰਪੂਰ ਹੋ ਕੇ ਰਹੇਗੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਹਾਂਜੀ, ਆਪਣੇ ਕੋਲ ਹੈਗਾ 10 ਮਿੰਟ ਤੁਸੀਂ? ਹਾਂ, ਮੈਂ ਸਿਰਫ ਇੱਕ ਦੋ ਗੱਲਾਂ ਕਰਨੀਆਂ, ਉਦੋਂ ਬਾਅਦ ਤੁਸੀਂ ਵੀ ਗੱਲ ਕਰਨੀ ਹੈ। ਇੱਕ ਤਾਂ ਗੱਲ ਇਹ ਹੈ ਲੈ ਵੀ ਜਿਹੜੀ ਬਹੁਤ ਇੰਪੋਰਟੈਂਟ ਹੈ, ਤਕਰੀਬਨ 8 ਬਿਲੀਅਨ ਲੋਕ ਯਾਨੀ ਕਿ ਇਸ ਜ਼ਮੀਨ 'ਤੇ ਰਹਿੰਦੇ, ਇਸ ਧਰਤੀ 'ਤੇ, ਇਸ ਪਲੈਨਟ 'ਤੇ। ਅਤੇ ਇਹ ਰਿਸਰਚ ਨੇ ਦੱਸਿਆ ਹੈਗਾ ਲੈ ਵੀ ਸਿਰਫ 8% ਲੋਕ ਜਿਹੜੇ ਹੈਗੇ ਆ 65 ਈਅਰ ਉਮਰ ਤੱਕ ਯਾਨੀ ਕਿ ਜਿੰਨੇ ਰਹਿੰਦੇ ਆ, ਜਿਹੜੇ ਬੰਦੇ 65 ਤੋਂ ਉੱਪਰ ਆ, ਵੀ ਆਰ ਵਨ ਆਫ ਦੋਜ਼ ਲੱਕੀ ਵਨਸ। ਇਸ ਚੀਜ਼ 'ਤੇ ਇਹ ਪੋਜ਼ਿਟਿਵ ਗੱਲ ਹੈਗੀ ਆ। ਦੂਸਰੀ ਗੱਲ ਇਹ ਹੈ ਲੈ ਵੀ ਜਿਹੜਾ ਦਿਕੈਨਿਸੀ ਸੋਚ ਹੈ ਉਹ ਤੋਂ ਸਾਨੂੰ ਦੂਰ ਜਾਣਾ ਚਾਹੀਦਾ ਲੈ ਵੀ ਮੇਰੇ ਤਾਂ ਸਵਾਸ ਪਹਿਲਾਂ ਲਿਖ ਕੇ ਆਏ ਆ ਅਤੇ ਮੈਂ ਤਾਂ ਇੰਨਾ ਜੀਣਾ ਵੀ ਜੋ ਕੁਛ ਖਾਣਾ ਹੈਗਾ ਦੱਬ ਕੇ ਖਾਓ, ਮਰਨਾ ਤਾਂ ਇੱਕ ਦਿਨ ਹੈਗਾ। ਬਿਲਕੁਲ ਗਲਤ ਗੱਲ ਹੈ, ਇਰੈਸ਼ਨਲ ਗੱਲ ਨਹੀਂ ਹੈ। ਤੀਸਰੀ ਗੱਲ, ਬੱਚਿਆਂ ਦੀਆਂ ਐਂਟਰਟੇਨਮੈਂਟ ਜਿਹੜੇ ਹੈਗੇ ਉਹ ਜੁਦੇ ਹੈਗੇ ਆ, ਉਹਨਾਂ ਦੇ ਖਾਣ ਪੀਣ ਦੇ ਢੰਗ ਤਰੀਕੇ ਜੁਦੇ ਹੈ, ਉਹਨਾਂ ਦੇ ਦੋਸਤ ਮਿੱਤਰ ਜੁਦੇ ਹੈਗੇ ਆ, ਉਹਨਾਂ ਦੀਆਂ ਆਦਤਾਂ ਜੁਦੀਆਂ ਹੈਗੀਆਂ, ਉਹਨਾਂ ਦਾ ਸਪੋਰਟਸ ਦਾ ਇਨਕੇ ਜਿਹੜਾ ਚੁਕਾ ਹੈਗਾ ਉਹ ਜੁਦਾ ਹੈਗਾ, ਉਹਨਾਂ ਦੇ ਸੋਸ਼ਲਾਈਜੇਸ਼ਨ ਜਿਹੜੀ ਜੁਦੀ ਹੈ। ਉਸ ਚੀਜ਼ ਨੂੰ ਐਕਸੈਪਟ ਕਰੋ, ਸਾਡੀਆਂ ਜੁਦੀਆਂ ਹੈਗੀਆਂ। ਜੇ ਬੱਚਿਆਂ ਦੇ ਨਾਲ ਆਪਾਂ ਚੰਗੇ ਤਾਲੁਕਾਤ ਰੱਖਣੇ ਚਾਹੁੰਦੇ ਹਾਂ, ਕ੍ਰਿਟੀਸਾਈਜ਼ ਕਰਨਾ ਬੰਦ ਕਰੋ। ਕੰਪਰੋਮਾਈਜ਼ ਇਜ਼ ਦ ਓਨਲੀ ਵੇ। ਜਿਸ ਤਰ੍ਹਾਂ ਚਾਰਲਸ ਡਾਰਵਿਨ ਨੇ ਵੀ ਕਿਹਾ ਸੀ, ਉਹੀ ਸਪੀਸੀਜ਼ ਜਿਹੜੀਆਂ ਹੈਗੀਆਂ ਉਹ ਇਸ ਦੁਨੀਆ 'ਤੇ ਕਾਮਯਾਬ ਰਹੀਆਂ ਜਾਂ ਬਚੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਸਰਕਮਸਟਾਂਸਿਸ ਦੇ ਮੁਤਾਬਕ ਢਾਲ ਲਿਆ, ਨਹੀਂ ਤਾਂ ਬਾਕੀ ਯਾਨੀ ਕਿ ਐਕਸਟਿੰਕਟ ਹੋ ਗਈਆਂ, ਫਿਨਿਸ਼ ਹੋ ਗਈਆਂ। ਸੋ ਦੈਟਸ ਦ ਓਨਲੀ ਮੈਸੇਜ ਆਈ ਵਾਂਟ ਟੂ ਗਿਵ ਯੂ। ਥੈਂਕ ਯੂ। ਥੈਂਕ ਯੂ ਵੈਰੀ ਮੱਚ। ਜਿੰਨੇ ਕਾਲਰ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਸਾਰਿਆਂ ਨੇ ਬਹੁਤ ਵਧੀਆ ਵਿਚਾਰ ਆਪਣੇ ਰੱਖੇ। ਇੱਕ ਦੋ ਗੱਲਾਂ ਮੈਂ ਵੀ ਤੁਹਾਡੇ ਨਾਲ ਕਰਦਾ। ਇੱਕ ਤਾਂ ਇਹ ਕਿ ਜਿਹੜੇ ਸਿਆਣੇ ਬੰਦੇ ਆ ਉਹ ਇੱਕ ਧਿਆਨ 'ਚ ਰੱਖਣ ਕਿ ਵੀ ਜਿਹੜੇ ਮੈਨੂੰ ਸੰਭਾਲਦੇ ਆ ਜਾਂ ਜਿਹਨਾਂ ਤੋਂ ਮੈਂ ਆਸ ਕਰਦਾ ਮੇਰੇ ਆਪਣੇ ਬੱਚੇ ਆ, ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਧਿਆਨ 'ਚ ਰੱਖਦੇ ਹਾਂ ਤਾਂ ਇਹ ਵੀ ਤੁਹਾਨੂੰ ਚੇਤਾ ਆਉਂਦਾ ਕਿ ਉਹਨਾਂ ਦੀ ਹੋਰ ਵੀ ਜ਼ਿੰਮੇਵਾਰੀਆਂ। ਜਦੋਂ ਤੁਸੀਂ ਉਸ ਉਮਰ ਦੇ ਤੁਸੀਂ ਕੰਮ 'ਤੇ ਜਾਂਦੇ ਸੀ, ਤੁਸੀਂ ਵੀ ਉਹਨਾਂ ਨੂੰ ਸੰਭਾਲਦੇ ਸੀਗੇ, ਹੁਣ ਉਹਨਾਂ ਦੇ ਆਪਣੇ ਬੱਚਿਆਂ ਨੂੰ ਉਹ ਵੀ ਸੰਭਾਲ ਰਹੇ ਹੁੰਦੇ ਆ। ਥੋੜ੍ਹਾ ਬਹੁਤ ਇੰਤਜ਼ਾਰ ਕਰਨਾ, ਕੋਈ ਕੰਮ ਤੁਸੀਂ ਕਿਹਾ ਉਹ ਕਰਨਗੇ, ਉਹਨਾਂ ਨੂੰ ਸੁਣ ਪਿਆ ਉਹ ਹੋ ਜਾਣਾ। ਦੂਸਰੀ ਗੱਲ, ਕਦੀ ਵੀ ਬੱਚਿਆਂ 'ਤੇ ਸਿਆਣੇ ਹੋ ਕੇ ਹੁਕਮ ਨਾ ਚਲਾਓ, ਅਤੇ ਨਾ ਹੀ ਬੱਚੇ ਮਾਂ ਬਾਪ ਨੂੰ ਹੁਕਮ ਦੇਣ, ਇਹਦੇ ਨਾਲ ਤਣਾਅ ਵਧੇਗਾ। ਬੱਚਿਆਂ ਨੂੰ ਪਲੀਜ਼ ਕਰਕੇ ਕਹਿ ਦਿਓ ਮੈਨੂੰ ਆਹ ਚੀਜ਼ ਚਾਹੀਦੀ ਆ ਜਾਂ ਮੈਨੂੰ ਆਹ ਤਕਲੀਫ ਆ। ਅਤੇ ਬੱਚੇ ਜਿਹੜੇ ਹੈਗੇ ਉਹ ਕਿਉਂਕਿ ਜਵਾਨੀ 'ਚ ਐਨਰਜੀ ਬਹੁਤ ਹੁੰਦੀ ਆ, ਉਹ ਕਾਫੀ ਐਕਟਿਵ ਹੁੰਦੇ, ਕਾਫੀ ਹੁਸ਼ਿਆਰ ਹੁੰਦੇ ਆ। ਉਹ ਬਜ਼ੁਰਗਾਂ ਦੀ ਜਿਹੜੀ ਖਿਆਲ ਹੈਗਾ ਉਹਨਾਂ ਦਾ ਰੱਖਣ ਵਿੱਚ ਉਹ ਬਹੁਤ ਪਹਿਲ ਕਰਦੇ ਆ। ਅਤੇ ਜ਼ਿਆਦਾਤੌਰ 'ਤੇ ਆਪਣੇ ਆਪ ਨੂੰ ਅਹਿਸਾਸ ਕਰਨ ਦੀ ਲੋੜ ਆ ਕਿ ਮੈਂ ਪਹਿਲਾਂ ਵਰਗਾ ਐਕਟਿਵ ਨਹੀਂ, ਪਰ ਕੋਸ਼ਿਸ਼ ਕਰੋ ਉਨੇ ਐਕਟਿਵ ਹੋਣ ਦੀ। ਬਹੁਤ ਸਾਰੇ ਕੰਮ ਤੁਸੀਂ ਖੁਦ ਕਰ ਸਕਦੇ ਆ, ਤੁਰਨਾ, ਕਿਚਨ ਜਾਣਾ, ਪਾਣੀ ਪੀਣਾ, ਆ ਕੇ ਦੁਆ ਲੈਣੀ, ਖਾਣੀ ਤੁਸੀਂ ਖਾ ਸਕਦੇ ਆ, ਇਹ ਕੋਈ ਐਡੀ ਗੱਲ ਨਹੀਂ ਹੈ। ਪਰ ਤੁਰਨਾ ਨਾ ਛੱਡੋ, ਜਿੱਦਾਂ ਮੈਂ ਆਪਣੀ ਕਵਿਤਾ 'ਚ ਕਿਹਾ ਵੀ ਜਿਹੜੀ ਐਕਸਰਸਾਈਜ਼ ਹੈਗੀ ਆ ਇਹ ਬਹੁਤ ਜ਼ਰੂਰੀ ਆ, ਇਹਨੂੰ ਖੜ੍ਹਦੇ ਰਹੋ। ਕਦੀ ਇੱਦਾਂ ਨਹੀਂ ਹੁੰਦੀ, ਜੇ ਤੁਸੀਂ ਖੜ੍ਹ ਕੇ ਨਹੀਂ ਕਰ ਸਕਦੇ, ਬੈਠੇ ਆਪਣੇ ਲੱਤ ਪੈਰ ਹਿਲਾਉਂਦੇ ਰਹੋ, ਇਹਦੇ 'ਚ ਹੋਊਗਾ ਤੁਹਾਨੂੰ ਫਾਇਦਾ। ਬਾਕੀ ਅੱਜ ਇੰਨਾ ਹੀ, ਮਿਲਾਂਗੇ ਅਗਲੇ ਹਫ਼ਤੇ। ਆਪਣਾ ਰੱਖਿਓ ਖਿਆਲ। ਜੈ ਭੀਮ ਨੋ